ਜਸ ਗੱਲ ਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਈ ਨੋ ਆਈ ਲੁੱਕ ਅ ਲਿਟਲ ਬਿਟ ਐਕਸਾਈਟਿਡ ਯੈਸ ਅੱਜ ਮੂਨ 'ਤੇ ਜਾਣਾ ਅਸੀਂ ਐਂਡ ਮੈਂ ਤੁਹਾਨੂੰ ਕੱਲ੍ਹ ਦੱਸਿਆ ਸੀ ਕਿ ਅਸੀਂ ਇੱਕ ਲਾਈਟ ਹਾਰਟਿਡਲੀ ਅੱਜ ਜਸਟ ਹਾਈਪੋਥੈਟੀਕਲੀ ਕਹਿੰਦੇ ਨਾ ਇਮੈਜਿਨ ਕਰਕੇ ਕਿ ਹਾਂ ਮੂਨ 'ਤੇ ਜਾਣ ਦਾ ਸਾਨੂੰ ਸ਼ੌਂਕ ਹੈ ਜਾਂ ਨਹੀਂ ਹੈ ਜਾਣਾ ਚਾਹਵਾਂਗੇ ਵਿਜ਼ਿਟ ਕਰਨਾ ਚਾਹਵਾਂਗੇ ਰਹਿਣਾ ਚਾਹਵਾਂਗੇ ਕੀ ਹੈਗਾ ਯੂ ਨੋ ਤੁਹਾਡਾ ਵਿਚਾਰ ਇਹਦੇ ਬਾਰੇ ਬਟ ਜਸਟ ਟੂ ਗੇਟ ਅ ਲਿਟਲ ਬਿਟ ਆਫ ਇੰਥੂਜ਼ੀਆਜ਼ਮ ਬਿਕੋਜ਼ ਹਿਊਜ ਪਾਪੂਲੇਸ਼ਨ ਜਿਹੜੀ ਹੈਗੀ ਹੈ ਉਹ ਬੜੀ ਇੰਥੂਜ਼ੀਆਸਟਿਕ ਹੈ ਬਿਲੀਅਨਸ ਫਰੋਮ ਬੀ ਯੂ ਨੋ ਡੋਲਰਸ ਖਰਚ ਹੁੰਦੇ ਹੈ ਇਸ ਇਹਨਾਂ ਪ੍ਰੋਜੈਕਟਸ 'ਤੇ ਮਿਸ਼ਨਸ 'ਤੇ ਕਿੰਨੀਆਂ ਹੀ ਕੰਟਰੀਜ਼ ਨੇ ਉੱਥੇ ਜਾ ਕੇ ਆਪਣਾ ਯੂ ਨੋ ਲੈਂਡ ਕੀਤਾ ਹੋਇਆ ਰਿਸਰਚ ਹੋ ਰਹੀ ਹੈ ਸੋ ਆਈ ਜਸਟ ਵਾਂਟ ਟੂ ਨੋ ਕਿ ਆਪਣੀ ਗੱਲਬਾਤ ਦੀ ਕਮਿਊਨਿਟੀ ਕੀ ਸੋਚਦੀ ਹੈ ਵਾਕਈ ਤੁਸੀਂ ਉੱਥੇ ਜਾਣਾ ਚਾਹੋਗੇ ਨਹੀਂ ਜਾਣਾ ਚਾਹੋਗੇ ਕੋਈ ਵੀ ਹਾਂ ਇਹ ਜ਼ਰੂਰੀ ਹੈ ਕੋਈ ਰਾਈਟ ਐਂਡ ਰੋਂਗ ਆਨਸਰ ਨਹੀਂ ਹੈ ਸੋ ਡੋਂਟ ਥਿੰਕ ਕਿ ਹਾਂ ਅਗਰ ਦੁਨੀਆ ਬੜੀ ਰਿਸਰਚ ਕਰ ਰਹੀ ਹੈ ਬੜਾ ਜਾਣਾ ਚਾਹੁੰਦੀ ਹੈ ਤਾਂ ਜਾਣਾ ਹੀ ਚਾਹੀਦਾ ਐਸਾ ਕੁਛ ਨਹੀਂ ਹੈ there's no right and wrong answer bas sirf tusi apna dasna hai ki what are you thinking tusi jana chahoge mauka mile agar chahoge te kyon aur agar nahi chahoge ta kyon so just to have some fun kyunki assi bahut sari serious gallan karde hain I know and udro india walo september 7th nu chandrayaan 2 you know it didn't go exactly how it was expected but still it is considered as a success ਕਿਉਂਕਿ ਜਿਹੜੀਆਂ ਪਿਕਚਰਸ ਉਹ ਭੇਜ ਰਹੇ ਹੈ ਔਰ ਜਿਹੜਾ ਉਹ ਸਾਰਾ ਕੁਛ ਹੁਣ ਇਤਨੀ ਮਿਹਨਤ ਹੋਈ ਹੈ ਮਤਲਬ ਇਟਸ ਬੀਨ ਅਪਲੋਡਿਡ ਅਲੋਟ ਬਹੁਤ ਸਾਰਿਆਂ ਨੇ ਕੰਫਰਟੇਬਲ ਕੀਤਾ ਹੈ ਸਾਇੰਟਿਸਟ ਨੂੰ ਬਿਕੋਜ਼ ਇੱਕ ਤਾਂ ਧੱਕਾ ਤਾਂ ਲੱਗਿਆ ਸੀ ਬਟ ਸਟਿਲ ਸੋ ਉਸ ਚੀਜ਼ਾਂ ਨੂੰ ਅਸੀਂ ਪਾਸੇ ਰੱਖਦੇ ਹਾਂ ਬਟ ਅਸੀਂ ਬਿਲਕੁਲ ਹਾਈਪੋਥੈਟੀਕਲੀ ਗੱਲ ਕਰ ਰਹੇ ਹਾਂ ਕਿ ਅਗਰ ਸਾਨੂੰ ਮੌਕਾ ਮਿਲਦਾ ਹੈ ਯੂ ਨੋ ਜਿਵੇਂ ਅਸੀਂ ਫਲਾਈਟ ਲੈ ਕੇ ਇੰਡੀਆ ਜਾਂਦੇ ਹਾਂ ਕੋਈ ਇਸ ਤਰ੍ਹਾਂ ਦੀ ਫਲਾਈਟ ਰੋਕੇਟ ਬਣਿਆ ਹੋਏ ਤੁਹਾਡੀ ਲਾਈਫ ਟਾਈਮ ਦੇ ਵਿੱਚ ਜਿਹੜਾ ਬਸ ਟਿਕਟ ਲਈ ਚਲੇ ਗਏ ਐਂਡ ਬੜੀ ਰੀਚੇਬਲ ਹੋਏ ਅਸੀਂ ਬਿਲਕੁਲ ਉਹਦੇ 'ਚ ਮਨੀ ਫੈਕਟਰ ਵੀ ਨਹੀਂ ਲਿਆ ਰਹੇ ਕਿ ਯੂ ਨੋ ਬੜਾ ਮਹਿੰਗਾ ਹੋਏਗਾ ਕੁਛ ਹੋਰ ਚੀਜ਼ਾਂ ਨਾ ਸੋਚੋ ਪਰ ਅਗਰ ਮੌਕਾ ਮਿਲਦਾ ਹੈ ਤਾਂ ਤੁਸੀਂ ਜਾਣਾ ਚਾਹੋਗੇ ਅਗਰ ਜਾਣਾ ਚਾਹੋਗੇ ਤਾਂ ਕਿਉਂ ਕੀ ਤੁਹਾਨੂੰ ਯੂ ਨੋ ਕਿਰੋਸਿਟੀ ਹੈਗੀ ਹੈ ਕਿਸ ਤਰ੍ਹਾਂ ਦੀ ਕਿਰੋਸਿਟੀ ਹੈ ਕੀ ਜਾਣਨਾ ਚਾਹੁੰਦੇ ਹੋ ਉਸ ਜਗ੍ਹਾ ਦੇ ਬਾਰੇ ਐਂਡ ਅਗਰ ਨਹੀਂ ਤਾਂ ਫਿਰ ਕਿਉਂ ਕੀ ਵਾਕਈ ਬਹੁਤ ਅਰਥ ਨਾਲ ਬਹੁਤ ਪਿਆਰ ਹੈ ਯਾ ਵਾਟ ਐਵਰ ਸੋ ਜ਼ਰੂਰ ਕਾਲ ਕਰੋ ਲੈਟ ਸੀ ਸਾਰੇ ਕੀ ਕਹਿੰਦੇ ਨੇ ਮੈਂ ਇਹਨਾਂ ਨੂੰ ਪੁੱਛ ਲੈਂਦੀ ਹਾਂ ਪਹਿਲੇ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜਸਪ੍ਰੀਤ ਹਾਂਜੀ ਥੈਂਕ ਯੂ ਫੋਰ ਕਾਲਿੰਗ ਦੱਸੋ ਬਈ ਕੀ ਖਿਆਲ ਹੈ ਤੁਹਾਡਾ ਥੈਂਕ ਯੂ ਮੈਂ ਕਹਿੰਦੀ ਹਾਂ ਮੈਂ ਕੋਸ਼ਿਸ਼ ਕਰਦੀ ਹੁੰਦੀ ਹਾਂ ਥੋੜਾ ਜਿਹਾ ਕ੍ਰੀਏਟਿਵ ਹੋਣ ਲਈ ਵੀ ਓਕੇ ਮੈਂ ਕਿਹਾ ਸ਼ੁਰੂਆਤ ਕਰਦੇ ਹਾਂ ਠੀਕ ਹੈ ਸੋਚਿਆ ਸੀ ਇਸ ਚੀਜ਼ ਬਾਰੇ ਤੇ ਦੋਨੋ ਪਾਸੇ ਮੈਂ ਸੋਚਿਆ ਪਰ ਓਵਰਆਲ ਮੈਂ ਕਹਾਂਗੀ ਮੈਂ ਨਹੀਂ ਜਾਣਾ ਚਾਹਾਂਗੀ ਮੈਂ ਸੁਣਿਆ ਇਹਨੂੰ ਖ਼ਬਰਾਂ 'ਚ ਸਭ ਚੱਲ ਰਿਹਾ ਤੇ ਜਿੱਦਾਂ ਹੁਣੇ ਤੁਸੀਂ ਦਿਖਾਇਆ ਉਹ ਕਹਿੰਦੇ ਚਾਹੇ ਫ੍ਰੀ ਵੀ ਹੋਏ ਨਾ ਮਤਲਬ ਜਾ ਕੇ ਉੱਥੇ ਦੇਖਣਾ ਪਰ ਫਿਰ ਡਰ ਹੋਏਗਾ ਵਾਪਿਸ ਆਉਣ ਦਾ ਬਈ ਸੇਫਲੀ ਆ ਸਕਣਗੇ ਵਾਪਿਸ ਜਿਹੜਾ ਮੂਨ ਰਾਕ ਆ ਜਾਂ ਮੂਨ ਦਾ ਸਰਫੇਸ ਆ ਠੀਕ ਆ ਇਨਾ ਕਿਊਰੀਓਸਿਟੀ ਤਾਂ ਹੋਏਗੀ ਪਰ ਡਰ ਲੱਗੇਗਾ ਵਾਪਿਸ ਬਈ ਠੀਕ ਠਾਕ ਪਹੁੰਚ ਜਾਂਗੇ ਪਰ ਇੱਥੇ ਜੋ ਹੈਗਾ ਆਏ ਉਹ ਤਾਂ ਛੱਡਣਾ ਉਹ ਯੂ ਨੋ ਉੱਥੇ ਕਾਲਨਾਈਜ਼ ਕਰਨ ਲਈ ਵੀ ਸੈਟਲ ਕਰਨ ਲਈ ਵੀ ਜਾਂ ਜਿਸ ਤਰ੍ਹਾਂ ਵੀ ਵਿਜ਼ਿਟ ਕਰਨ ਲਈ ਵੀ ਆਈ ਥਿੰਕ ਮੈਨੂੰ ਤਾਂ ਡਰ ਲੱਗੇਗਾ ਉੱਥੇ ਜਾ ਕੇ ਠੀਕ ਹੈ ਸੋ ਮਤਲਬ ਤੁਸੀਂ ਨਹੀਂ ਜਾਣਾ ਚਾਹੋਗੇ ਔਰ ਕਾਰਨ ਇਹ ਹੈ ਕਿ ਡਰੋਗੇ ਠੀਕ ਹੈ ਬਹੁਤ ਵਧੀਆ ਥੈਂਕ ਯੂ ਸੋ ਮਚ ਫੋਰ ਵੈਰੀ ਓਨੈਸਟ ਯੂ ਨੋ ਆਨਸਰ ਕਿ ਜੋ ਵੀ ਤੁਹਾਨੂੰ ਦਿਮਾਗ ਵਿੱਚ ਆ ਰਿਹਾ ਐਂਡ ਕੁਛ ਵਾਈਲ ਵੀ ਆਰ ਸਟਿਲ ਟਾਕਿੰਗ ਜਿੱਥੇ ਵੀ ਪਹੁੰਚਦੀ ਹੈ ਨਾ ਡਿਸਕਸ਼ਨ ਅਗਰ ਕੁਛ ਹੋਰ ਧਿਆਨ ਆਉਂਦਾ ਹੈ ਜਸਪ੍ਰੀਤ ਜ਼ਰੂਰ ਕਾਲ ਕਰਿਓ ਸਾਰਾ ਕੁਛ
ਅਸੀਂ ਇੱਕ ਐਕਸਟਰਾ ਪਲੈਨਟ ਨੂੰ ਦੇਖੀਏ, ਉੱਥੇ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੋਏਗੀ, ਰਿਸੋਰਸਿਸ ਦੀ ਵੀ ਗੱਲ ਹੋ ਰਹੀ ਹੈ ਕਿ ਬਹੁਤ ਸਾਰੇ ਸ਼ਾਇਦ ਰਿਸੋਰਸਿਸ ਸਾਨੂੰ ਉੱਥੋਂ ਮਿਲ ਜਾਣ, ਹੋਰ ਰਿਸਰਚ ਹੋਏ। ਬਟ ਜਸਪ੍ਰੀਤ ਦਾ ਕਹਿਣਾ ਹੈ ਕਿ ਉਹ ਫਿਰ ਵੀ ਹਾਲੇ ਇਸ ਸਟੇਜ ਦੇ ਵਿੱਚ ਹੈ ਕਰੰਟਲੀ, ਕੱਲ੍ਹ ਨੂੰ ਕੀ ਪਤਾ ਲੱਗ ਜਾਂਦਾ ਹੈ ਉਹਦੇ ਨਾਲ ਉਹਦੇ ਵਿਚਾਰ ਬਦਲ ਜਾਂਦੇ ਹੈ, ਪਰ ਰਾਈਟ ਨਾਓ ਇਹ ਹੈ ਕਿ ਉਹਨਾਂ ਦਾ ਫੀਅਰ ਹੈ ਕਿ ਇੱਕ ਐਸੀ ਜਗ੍ਹਾ ਹੋਏਗੀ ਜਿੱਥੇ ਸ਼ਾਇਦ ਮੈਂ ਪਤਾ ਨਹੀਂ ਵਾਪਸ ਆ ਸਕਦੀ ਹਾਂ ਕਿ ਨਹੀਂ, ਜਾਂ ਉਹ ਲਾਈਫ ਕਿਸ ਤਰ੍ਹਾਂ ਦੀ ਹੋਏਗੀ। ਸੋ ਸ਼ੀ ਸੇਜ਼ ਨੋ, ਸ਼ੀ ਡਜ਼ਨਟ ਵਾਂਟ ਟੂ ਵਿਜ਼ਿਟ, ਈਵਨ ਵਿਜ਼ਿਟ ਸ਼ੀ ਡਜ਼ਨਟ ਵਾਂਟ ਟੂ ਗੋ। ਸੋ ਤੁਸੀਂ ਵੀ ਜ਼ਰੂਰ, ਕੀ ਖਿਆਲ ਹੈ ਤੁਹਾਡਾ, ਕੀ ਸੋਚ ਰਹੇ ਹੋ, ਜ਼ਰੂਰ ਮੈਨੂੰ ਦੱਸੋ। ਐਂਡ ਇਟਸ ਜਸਟ ਫੋਰ ਫਨ ਸੇਕ ਐਂਡ ਦਿਸ ਨੋ ਰਾਈਟ ਐਂਡ ਰੋਂਗ ਆਨਸਰ, ਸੋ ਡੂ ਕਾਲ ਮੀ, ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ। ਸਾਰਿਆਂ ਦਾ ਫਿਰ ਸਵਾਗਤ ਹੈ ਮੂਨ ਦੇ ਉੱਤੇ, ਚੰਦਰਮਾ ਦੇ ਉੱਤੇ। ਜਾ ਕੇ ਰਹਿਣਾ ਪਸੰਦ ਕਰੋਗੇ, ਵਿਜ਼ਿਟ ਕਰਨਾ ਪਸੰਦ ਕਰੋਗੇ ਜਾਂ ਫਿਰ ਨਹੀਂ, ਔਰ ਕਿਉਂ? ਕਿਉਂਕਿ ਐਂਡ ਬਾਕੀ ਸਾਰੀਆਂ ਚੀਜ਼ਾਂ 'ਚ ਅਸੀਂ ਨਾ ਪਈਏ ਕਿ ਪੈਸੇ ਕਿੰਨੇ ਲੱਗਣਗੇ, ਕੀ ਹੋਏਗਾ, ਸਪੋਜ਼ ਸਭ ਕੁਝ ਹੋ ਗਿਆ, ਉਹ ਸਾਰਾ ਕੁਝ ਹੋਰਾਂ ਨੇ ਕਰਤਾ। ਸੋ ਲੈਟਸ ਸੀ ਹੋਰ ਸਾਰੇ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਅਰਵਿੰਦ ਜੀ, ਮੈਂ ਗੁਰਦੀਪ ਬੋਲਦਾ ਜੀ। ਹਾਂਜੀ ਗੁਰਦੀਪ ਜੀ, ਦੱਸੋ ਕੀ ਕਹਿੰਦੇ ਹੋ? ਮੈਂ ਕਹਿੰਦਾ ਜੀ, ਮੈਂ ਉੱਥੇ ਇਸ ਲਈ ਜਾਣਾ ਚਾਹਾਂਗਾ ਕਿਉਂਕਿ ਇਸ ਧਰਤੀ ਉੱਪਰ ਮੈਨੂੰ ਨਹੀਂ ਲੱਗਦਾ ਮੈਨੂੰ ਕੋਈ ਸੱਚੀ ਮੁਹੱਬਤ ਕਰਨ ਵਾਲਾ ਮਿਲ ਜਾਵੇਗਾ, ਕਿਉਂਕਿ ਬੁਢਾਪੇ ਦੇ ਵਿੱਚ ਸੱਚੀ ਮੁਹੱਬਤ ਕਰਨ ਵਾਲਾ ਬਹੁਤ ਜ਼ਰੂਰੀ ਚਾਹੀਦਾ ਹੈ। ਤੇ ਤੁਹਾਨੂੰ ਲੱਗਦਾ ਉੱਥੇ ਮਿਲ ਜਾਏਗਾ? ਹਾਂਜੀ, ਤੁਹਾਨੂੰ ਲੱਗਦਾ ਉੱਥੇ ਮਿਲ ਜਾਏਗਾ? ਹਾਂ, ਮੈਨੂੰ ਯਕੀਨ ਹੈ ਕਿ ਉੱਥੇ ਜ਼ਰੂਰ ਕੋਈ ਨਾ ਕੋਈ ਮੈਨੂੰ ਚਾਹਣ ਵਾਲਾ ਮਿਲ ਜਾਏਗਾ। ਇੱਥੇ ਦਾ ਇਤਿਹਾਸ ਦੱਸ ਰਿਹਾ ਮੈਨੂੰ, ਨਾ ਮੀਰਾ ਨੂੰ ਮੋਹਨ ਮਿਲਿਆ, ਨਾ ਰਾਧਾ ਨੂੰ ਸ਼ਾਮ, ਨਾ ਰਾਂਝੇ ਨੂੰ ਹੀਰ ਮਿਲੀ, ਨਾ ਸ਼ੀਰੀ ਨੂੰ ਫਰਿਆਦ, ਤੇ ਮੈਨੂੰ ਕਿੱਥੇ ਮਿਲੇਗਾ? ਇੱਥੇ ਮੁਸ਼ਕਲ ਹੈ। ਬਾਕੀ ਕਾਸ਼ ਮਿਲ ਜਾਏ ਹਮ ਸਫ਼ਰ, ਹਮੇ ਵੀ ਐਸਾ ਚਾਂਦ ਪਰ, ਜੋ ਗਲੇ ਲਗਾ ਕਰ ਕਹੇ ਰੋਇਆ ਮਤ ਕਰ, ਮੁਝੇ ਵੀ ਤਕਲੀਫ ਹੋਤੀ ਹੈ। ਸ਼ਾਇਦ ਕੋਈ ਅਰਵਿੰਦ ਜੀ ਐਸਾ ਇਨਸਾਨ ਉੱਥੇ ਮੈਨੂੰ ਮਿਲ ਜਾਏ। ਮੈਂ ਨਹੀਂ ਕਹਿੰਦਾ ਕਿ ਉਹ ਮੇਰੀ ਕੋਈ ਬਲੱਵਡ ਹੋਵੇ ਜਾਂ ਕੁਛ, ਇਸ ਉਮਰ ਚ ਕੋਈ ਵੀ ਹੋਵੇ, ਭਰਾ ਮਿਲ ਜਾਏ ਕੋਈ ਸੱਚਾ, ਕੋਈ ਸੱਚਾ ਦਿਲੋਂ ਦੋਸਤ ਮਿਲ ਜਾਏ, ਕੋਈ ਵੀ ਮਿਲ ਜਾਏ ਜਿਹੜਾ ਮੇਰੇ ਅਲਫਾਜ਼ ਤੋਂ ਜ਼ਿਆਦਾ ਮੇਰੀ ਖਾਮੋਸ਼ੀ ਨੂੰ ਸਮਝ ਸਕੇ, ਮੈਨੂੰ ਉਹਦੀ ਤਲਾਸ਼ ਹੈ। ਇੱਥੇ ਮੈਨੂੰ ਨਹੀਂ ਲੱਗਦਾ ਮਿਲੇ। ਥੈਂਕ ਯੂ ਜੀ, ਥੈਂਕ ਯੂ ਸੋ ਮਚ ਗੁਰਦੀਪ ਜੀ, ਥੈਂਕ ਯੂ, ਦੈਟਸ ਯੂ ਨੋ ਐਨੀਵੇ। ਹੈਲੋ, ਹੈਲੋ, ਹਾਂਜੀ ਸੁਰਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਦੱਸੋ ਕੀ ਸੋਚ ਰਹੇ ਹੋ ਤੁਸੀਂ? ਮੈਂ ਇਹ ਸੋਚ ਰਹੀ ਹਾਂ ਕਿ ਇੱਕ ਨਵੀਂ ਜਗ੍ਹਾ ਤੇ ਜਾਣਾ ਮੈਨੂੰ ਲੱਗਦਾ ਕਿ ਹਰ ਬੰਦੇ ਦਾ ਸੁਪਨਾ ਹੁੰਦਾ। ਅੱਛਾ, ਕਿਉਂਕਿ ਇੱਕ ਜਗ੍ਹਾ ਜਿਵੇਂ ਕਿ ਆਪਾਂ ਪਹਿਲਾਂ ਇੰਡੀਆ ਤੋਂ ਆਏ ਹਾਂ ਪਲੇਨ ਦੇ ਵਿੱਚ, ਹਾਂਜੀ, ਉਹ ਵੀ ਨਵੀਂ ਜਗ੍ਹਾ ਸੀ ਸਾਡੇ ਵਾਸਤੇ, ਹਾਂਜੀ ਬਿਲਕੁਲ, ਸਾਰਾ ਕੁਝ ਨਵਾਂ, ਉਹਦਾ ਤਾਂ ਪਤਾ ਲੱਗ ਗਿਆ ਉਹਦੇ ਵਿੱਚ ਕੀ ਹੈਗਾ, ਹੁਣ ਇੰਨੀ ਵਾਰੀ ਗਏ ਆਏ, ਪਰ ਇੱਥੇ ਜਾਣਾ ਲੱਗੇਗਾ ਇਦਾਂ ਕਿ ਉਹ ਨਵੀਂ ਜਗ੍ਹਾ ਹੋਏਗੀ, ਉਹਦੇ ਵਿੱਚ ਕੀ ਹੁੰਦਾ ਹੈ, ਉਹ ਸਾਰਾ ਕੁਝ ਦੇਖਣ ਵਾਸਤੇ। ਅੱਛਾ, ਸੋ ਤੁਸੀਂ ਜਾਣਾ ਚਾਹੋਗੇ? ਮੈਂ ਜਾਣਾ ਚਾਹਾਂਗੀ, ਪਰ ਆਵਾਂ ਚਾਹੇ ਨਹੀਂ ਆਵਾਂ ਕੋਈ ਗੱਲ ਨਹੀਂ। ਅੱਛਾ, ਪਰ ਮੈਂ ਅਗਰ ਮੌਕਾ ਮਿਲੇ ਤਾਂ ਮੈਂ ਚਾਹਾਂਗੀ ਕਿ ਮੈਂ ਜਾਵਾਂ ਜ਼ਰੂਰ। ਅੱਛਾ, ਸੋ ਖਾਲੀ ਰਹਿ ਵਿਜ਼ਿਟ ਕਰਨ ਨਹੀਂ, ਪਰ ਤੁਸੀਂ ਰਹਿਣ ਵੀ ਜਾ ਸਕਦੇ ਹੋ? ਮੈਂ ਰਹਿਣ ਵੀ ਚਲੇ ਜਾਊਂਗੀ, ਕੋਈ ਗੱਲ ਨਹੀਂ, ਨਵੀਂ ਜਗ੍ਹਾ ਤਾਂ ਦੇਖਾਂਗੇ ਨਾ। ਹਾਂ, ਪਰ ਲੱਗਦਾ ਕਿ ਅਗਰ ਮੌਕਾ ਮਿਲੇ। ਹਾਂ, ਪਰ ਗੱਲ ਇਹ ਵੀ ਹੈ ਕਿ ਸਾਡੇ ਵਰਗਿਆਂ ਨੂੰ ਮੌਕਾ ਕਿੱਥੇ ਮਿਲਣਾ ਹੈ, ਉਹ ਤਾਂ ਵੱਡੇ ਵੱਡੇ ਇਹ ਗੱਲਾਂ ਨਹੀਂ ਸੋਚਣੀਆਂ ਸੀ। ਉਹ ਕਹਿੰਦੇ ਨਾ ਲਾਅ ਆਫ ਅਟਰੈਕਸ਼ਨ ਦੀ ਗੱਲ ਹੋ ਰਹੀ ਹੈ, ਅਸੀਂ ਉਹ ਕਿਵੇਂ ਹੋਏਗਾ, ਹੋਏਗਾ ਕਿ ਨਹੀਂ ਹੋਏਗਾ, ਮੁਸ਼ਕਿਲ ਹੋਏਗਾ, ਉਹਦੇ 'ਚ ਪੈਣਾ ਹੀ ਨਹੀਂ, ਉਹ 'ਚ ਪੈਣਾ ਨਹੀਂ, ਪਰ ਮੈਂ ਜਾਊਂਗੀ ਅਗਰ ਮੌਕਾ ਮਿਲੇ, ਮੈਂ ਰਹਿਣ ਵੀ ਜਾਵਾਂਗੀ ਉੱਥੇ, ਕੁਛ ਵੀ ਹੁੰਦਾ ਰਵੇ ਮੈਨੂੰ ਕੋਈ ਪਰਵਾਹ ਨਹੀਂ। ਠੀਕ ਹੈ, ਔਰ ਤੁਹਾਨੂੰ ਇਹ ਵੀ ਪਰਵਾਹ ਨਹੀਂ ਕਿ ਮੈਂ ਆ ਸਕਾਂਗੀ ਕਿ ਨਹੀਂ? ਨਹੀਂ, ਕੋਈ ਗੱਲ ਨਹੀਂ, ਨਹੀਂ ਜਾਵਾਂਗੀ, ਅਕਸਰ ਦੁਨੀਆ ਤੇ ਇੱਕ ਦਿਨ ਛੱਡਣੀ ਹੈ। ਬਹੁਤ ਵਧੀਆ, ਕਿਤੇ ਵੀ ਜਾ ਕੇ ਛੱਡ ਸਕਦੇ ਹਾਂ। ਠੀਕ ਹੈ, ਉਹ ਤਕਦੀਰ ਵਿੱਚ ਹੈਗਾ, ਉਹ ਜ਼ਰੂਰ ਮਿਲੇਗਾ। ਜੀ 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 ਜੀ, ਪਰ ਚੰਗਾ ਲੱਗੇਗਾ ਕਿ ਜੇ ਮੈਂ ਜਾਵਾਂ। ਅੱਛੀ, ਬਹੁਤ ਵਧੀਆ, ਬਹੁਤ ਯੂ ਨੋ ਇਟਸ ਰੀਅਲੀ ਗੁੱਡ ਕਿ ਤੁਸੀਂ ਆਪਣੀ ਗੱਲ ਕੀਤੀ, ਔਰ ਹੋਰ ਵੀ ਕੁਛ ਧਿਆਨ ਹੈ ਜ਼ਰੂਰ ਕਾਲ ਕਰੋ, ਅਸੀਂ ਹੋਰ ਪੁੱਛਦੇ ਹਾਂ ਸਾਰੇ ਬਾਕੀ ਕੀ ਕਹਿ ਰਹੇ ਨੇ। ਹੈਲੋ, ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ, ਹੈਲੋ, ਪਲੀਜ਼ ਕਾਲ ਬੈਕ ਕਰੋ, ਮੈਨੂੰ ਆਵਾਜ਼ ਨਹੀਂ ਆ ਰਹੀ, ਮੈਂ ਹੋਰ ਫੋਨ ਲੈਂਦੀ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਹਾਂਜੀ
ਹਾਂਜੀ, ਬੜਾ ਜੀ ਇੰਟਰਸਟਿੰਗ ਕੁਐਸਚਨ ਪਾਇਆ ਜੀ, ਮਜ਼ਾ ਆ ਗਿਆ ਸੁਣ ਕੇ। ਗੁੱਡ ਗੁੱਡ ਦੈਟ ਯੂ ਆਰ ਇੰਜੋਇੰਗ, ਬਿਕੋਜ਼ ਬਹੁਤ ਅਸੀਂ ਨਾ ਬਹੁਤ ਸੀਰੀਅਸ ਹੋ ਗਏ, ਹਮੇਸ਼ਾ ਬੜੀਆਂ ਸੀਰੀਅਸ ਗੱਲਾਂ ਕਰਦੇ ਹਾਂ, ਮੈਨੂੰ ਥੋੜਾ ਹੱਸ ਲੈਣਾ ਚਾਹੀਦਾ। ਰੋਜ਼ ਬੜੀਆਂ ਉਦਾਸੀ ਦੀਆਂ ਹੁੰਦੀਆਂ ਨਾ, ਅੱਜ ਤੇ ਮਜ਼ਾ ਆ ਗਿਆ ਸੁਣ ਕੇ। ਤੇ ਥੋੜਾ ਜਿਹਾ ਪਤਾ ਕੀ, ਸਾਡੀ ਮਾਈਂਡ ਦੀ ਇੱਕ ਐਕਸਰਸਾਈਜ਼ ਵੀ ਹੈ, ਵੀ ਹੈਵ ਸਟਾਪਡ ਇਮੇਜਿਨਿੰਗ, ਅਸੀਂ ਆਪਣਾ ਵਰਲਡ ਨਾ ਸੀਰੀਅਸ ਕਰ ਲਿਆ, ਰੀਅਲ ਵਰਲਡ ਕਰ ਲਿਆ, ਤਾਂ ਇਟਸ ਗੁੱਡ ਟੂ ਇਮੇਜਿਨ। ਬਹੁਤ ਮਜ਼ਾ, ਤੁਹਾਡਾ ਪ੍ਰੋਗਰਾਮ ਬਹੁਤ ਅੱਛਾ ਚੱਲ ਰਿਹਾ, ਬਹੁਤ ਮਜ਼ਾ ਆਉਂਦਾ ਤੇ ਰੈਗੂਲਰਲੀ ਦੇਖਦੇ ਹਾਂ, ਬਹੁਤ ਹੀ ਮਜ਼ਾ ਆਉਂਦਾ। ਮੈਂ ਕਾਲ ਕੱਟ ਹੀ ਕਰਨੀ ਆ, ਲੇਕਿਨ ਬਹੁਤ ਅੱਛਾ ਲੱਗਦਾ ਜਦੋਂ ਤੁਹਾਡੀ ਆਵਾਜ਼ ਸੁਣਨ ਨੂੰ ਮਿਲਦੀ ਹੈ, ਸੋ ਕਰਿਆ ਕਰੋ। ਹਾਂ, ਤੇ ਬਾਕੀ ਇਸ ਕੁਐਸਚਨ ਦੇ ਬਾਰੇ ਮੈਂ ਤੇ ਬੜੀ ਐਕਸਾਈਟਿਡ ਹਾਂ, ਚਾਹੇ ਮੈਂ ਸੀਨੀਅਰ ਹਾਂ ਏਜ ਵਿੱਚ, ਨਾਸਾ 'ਚ ਤੇ ਅਸੀਂ ਕੰਮ ਨਹੀਂ ਕਰ ਸਕੇ, ਮੇਰਾ ਤੇ ਦਿਲ ਕਰਦਾ ਮੈਂ ਜੰਪ ਮਾਰ ਕੇ ਸਭ ਤੋਂ ਅੱਗੇ ਜਾਵਾਂ। ਸਿਰਫ ਇਹ ਨਹੀਂ ਕਿ ਆਪਣੇ ਲਈ ਜਾਣਾ ਚਾਹੁੰਦੀ ਹਾਂ, ਅਗਰ ਇਸ ਉਮਰ ਵਿੱਚ ਅਸੀਂ ਕਿਸੇ ਦੇਸ਼ ਦੇ ਕੰਮ ਆ ਸਕਨੇ ਆ, ਅਸੀਂ ਵੀ ਚਾਵਲਾ ਹੈਗੇ ਆ, ਤੇ ਉਹ ਕਲਪਨਾ ਚਾਵਲਾ ਵਿਚਾਰੀ ਚਲੀ ਗਈ ਜਵਾਨੀ ਵਿੱਚ, ਤੇ ਜੇ ਅਸੀਂ ਕੁਛ ਕਰ ਸਕੀਏ ਤੇ ਹੋਰ ਇਸ ਤੋਂ ਚੰਗਾ ਕੀ ਹੈ। ਜੇ ਸਾਡੇ ਜਾਣ ਨਾਲ ਇਸ ਨੂੰ ਜ਼ਿਆਦਾ ਇਨਫੋਰਮੇਸ਼ਨ ਆ ਸਕਦੀ ਏ, ਕੋਈ ਹੋਰ ਡਿਵੈਲਪਮੈਂਟ ਹੋ ਸਕਦੀ ਏ, ਇਨਵੈਂਸ਼ਨ ਹੋ ਸਕਦੀਆਂ, ਤੇ ਇਸ ਤੋਂ ਵੱਧ ਕਿਹੜੀ ਕੰਮ ਹੈ ਇਸ ਉਮਰ ਵਿੱਚ। ਮਰਨਾ ਤਾਂ ਅੱਗੇ ਪਿੱਛੇ ਹੈ ਹੀ, ਮਰਨ ਦਾ ਤੇ ਮੈਨੂੰ ਬਿਲਕੁਲ ਡਰ ਨਹੀਂ, ਕਿਉਂਕਿ ਵਾਹਿਗੁਰੂ ਨੇ ਸ਼ੁਰੂ ਤੋਂ ਬਚਪਨ ਤੋਂ ਹੀ ਬਖਸ਼ਿਸ਼ ਕੀਤੀ ਹੋਈ ਹੈ ਕਿ ਮੈਂ ਨਿਡਰ ਹਾਂ। ਜਿਹੜੀਆਂ ਡੇਂਜਰਸ ਵੱਡੀਆਂ ਤੋਂ ਵੱਡੀਆਂ ਰਾਈਡ ਹੁੰਦੀਆਂ ਸੀ, ਉਹ ਮੈਂ ਬਚਪਨ ਚ ਲੈ ਆਉਂਦੀ ਸੀ ਜਾ ਕੇ, ਜਿੱਥੇ ਲੋਕੇ ਚੀਕਾਂ ਮਾਰਦੇ ਨੇ। ਜੀ ਜੀ ਜੀ, ਸੋ ਵਾਹਿਗੁਰੂ ਦੀ ਬਖਸ਼ਿਸ਼ ਹੀ ਅੱਗੋਂ ਵੀ ਬਣੀ ਰਵੇ, ਤੇ ਇਸ ਉਮਰ ਚ ਤਾਂ ਜੇ ਕਿਸੇ ਦੇ ਕੰਮ ਆ ਜਾਏਗੀ, ਖਾਸ ਕਰ ਦੇਸ਼ ਦੇ ਕੌਮ ਦੇ। ਬਹੁਤ ਖੂਬਸੂਰਤ ਗੱਲ ਕਰ ਰਹੇ ਹੋ ਤੁਸੀਂ, ਮਤਲਬ ਇੱਕ ਮੈਂ ਇਹ ਸੁਣਿਆ ਹੋਇਆ ਕਿ ਜਿਵੇਂ ਜਿਵੇਂ ਉਮਰ ਵੱਧਦੀ ਹੈ ਤੇ ਡੈਥ ਦਾ ਡਰ ਹੋਰ ਵੱਧਦਾ ਹੈ, ਪਰ ਤੁਹਾਡੀ ਗੱਲ ਸੁਣ ਕੇ ਬਹੁਤ ਅੱਛਾ ਲੱਗ ਰਿਹਾ ਹੈ। ਇਹ ਤੇ ਗਲਤ ਡਰ ਨਹੀਂ, ਹਾਂ ਇਹ ਹੈ ਕਿ ਆਪਣੀ ਮੈਕਸੀਮਮ ਕੇਅਰ ਕਰਨੀ ਆ, ਮੈਂ ਆਪਣੇ ਹਸਬੈਂਡ ਦੀ, ਆਪਣੀ ਬੈਸਟ ਡਾਈਟ, ਐਕਸਰਸਾਈਜ਼, ਹਰ ਵਕਤ ਅਸੀਂ ਬਿਜ਼ੀ ਰਹਿੰਦੇ ਹਾਂ, ਵਲੰਟੀਅਰ ਕਰਨੇ ਆ, ਦੋਨੋਂ ਇਕੱਲੇ ਰਹਿ ਰਹੇ ਹਾਂ ਇੱਥੇ ਔਰ ਬੱਚੇ ਨੇੜੇ ਨੇ, ਲੇਕਿਨ ਬਹੁਤ ਅੱਛਾ ਲੱਗਦਾ ਹੈ। ਇਹ ਹੈਲਥ ਇਸ ਕਰਕੇ ਠੀਕ ਰੱਖਣੀ ਆ ਕਿ ਕਿਸੇ ਤੇ ਭਾਰ ਨਾ ਬਣੀਏ ਤੇ ਆਪਣੇ ਆਪ ਕਰਦੇ ਰਹੀਏ। ਅਜੇ ਵੀ ਜੇ ਕੁਛ ਕਰ ਸਕਨੇ ਆ ਤੇ ਕਾਫੀ ਕੁਛ ਬੱਚਿਆਂ ਦਾ ਕਰਨੇ ਆ, ਜਿੱਥੇ ਕਤੀ ਜਿਵੇਂ ਇੱਥੋਂ ਦੀ ਲਾਈਫ ਹੈ, ਬਿਜ਼ੀ ਨੇ, ਗ੍ਰੈਂਡ ਚਿਲਡਰਨ ਦਾ ਬੜਾ ਕੁਛ ਕੀਤਾ ਹੈ, ਆਈ ਐਮ ਪ੍ਰਾਊਡ ਆਫ ਦੈਮ। ਮੇਰੇ ਬੱਚੇ ਇੰਟਰਨੈਸ਼ਨਲ ਕੰਪੀਟੀਸ਼ਨ ਚ ਜਾਂਦੇ ਨੇ, ਕੀਰਤਨ ਕਰਦੇ ਨੇ ਤੰਤੀ ਸਾਜ਼ਾਂ ਨਾਲ, ਸ਼ੁਰੂ ਉਹਨਾਂ ਨੂੰ ਮੈਂ ਹੀ ਕਰਵਾਇਆ ਸੀ। ਸੋ ਵਾਹਿਗੁਰੂ ਦੀ ਬੜੀ ਬਖਸ਼ਿਸ਼ ਹੈ, ਤੇ ਮੈਂ ਤੇ ਇਸ ਗੱਲ ਤੇ ਖੁਸ਼ ਹਾਂ ਕਿ ਅਗਰ ਮੈਂ ਆਪ ਕੁਛ ਕੰਟਰੀ ਲਈ, ਕੁਛ ਦੇਸ਼ ਲਈ, ਇੰਟਰਨੈਸ਼ਨਲੀ ਕਿਸ ਤਰ੍ਹਾਂ ਕਿੰਨਾ ਸੋਹਣਾ ਉਹ ਕਹਿੰਦੇ ਮੈਂ ਨੱਠ ਕੇ ਜਾਵਾਂ, ਮੈਂ ਸਾਰਿਆਂ ਤੋਂ ਅੱਗੇ ਜੰਪ ਮਾਰ ਕੇ ਪਹਿਲੇ ਬੁਲਾਵਾਂ। ਔਰ ਵਾਕਈ ਬਹੁਤ ਘੱਟ ਬੰਦੇ ਮਿਲਦੇ ਹੈ ਜਿਸ ਹਿਸਾਬ ਨਾਲ ਇਹ ਕਹਿ ਰਹੇ ਨੇ ਕਿ ਟੂ ਗੇਨ ਮੋਰ ਨੌਲੇਜ ਕਿ ਹਿਊਮੈਨਿਟੀ ਦਾ ਕਿਸ ਤਰ੍ਹਾਂ ਫਾਇਦਾ ਹੋ ਸਕਦਾ, ਬੜੇ ਘੱਟ ਬੰਦੇ ਮਿਲਦੇ ਹੈ ਜਿਹੜੇ ਕਿ ਜਾਣ ਨੂੰ ਤਿਆਰ ਹੁੰਦੇ ਹੈ। ਸੋ ਸ਼ੀ ਇਜ਼ ਨੋਟ ਓਨਲੀ ਸੇਇੰਗ ਕਿ ਮੈਂ ਜਾਵਾਂ, ਮੈਂ ਇੰਥੂਜ਼ੀਆਜ਼ਮ ਨਾਲ ਕਿ ਮੈਂ ਗਲੋਬਲੀ ਹਿਊਮੈਨਿਟੀ ਦਾ ਕਿਸੇ ਦਾ ਵੀ ਮਤਲਬ ਇਸ ਸ਼ਾਇਦ ਫਾਇਦਾ ਹੋਏ। ਸੋ ਵੰਡਰਫੁੱਲ, ਆਈ ਐਮ ਸੋ ਪ੍ਰਾਊਡ ਆਫ ਦਿਸ ਫੈਮਿਲੀ। ਬਟ ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ। ਸਾਰਿਆਂ ਦਾ ਫਿਰ ਸਵਾਗਤ ਹੈ, ਲੈਟਸ ਸੀ ਹੋਰ ਸਾਰੇ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹਾਂਜੀ ਬੇਟਾ, ਸਤਿ ਸ਼੍ਰੀ ਅਕਾਲ। ਹਾਂਜੀ ਆਂਟੀ, ਤੁਸੀਂ ਜਾਣਾ ਚਾਹੋਗੇ? ਮੈਂ ਤਾਂ ਬੜੀ ਬੈਠੀ ਹਾਂ, ਮੇਰੇ ਨਾਲ ਸਾਥ ਹੀ ਨਹੀਂ ਕੋਈ ਰਲਦਾ। ਅੱਛਾ, ਸੋ ਸਾਥ ਲੱਭਦੇ ਤਾਂ ਮੁਸ਼ਕਿਲ ਹੋ ਜਾਏਗੀ, ਇਹ ਤਾਂ ਜਾਣਾ। ਮੈਂ ਕਹਾਂਗੀ, ਜਦੋਂ ਕਲਪਨਾ ਚਾਵਲਾ ਗਈ ਸੀ ਨਾ, ਉਹਦੇ ਫਾਦਰ ਤੇਰੇ ਅੰਕਲ ਜੀ ਦੇ ਬੜੇ ਕਲੋਜ ਬੰਦੇ ਸਨ, ਇਹ ਕਰਨਾਲ ਦੀ ਸੀ। ਓਕੇ, ਜਦੋਂ ਉਹਨੇ ਇੰਨੀਆਂ ਪੜ੍ਹਾਈਆਂ ਕੀਤੀਆਂ, ਇਸ ਜੋਬ ਚ ਆਈ ਤੂੰ ਗਈ, ਉਹਨੇ ਕੋਈ ਸੋਚਿਆ ਸੀ ਵੀ ਮੈਂ ਰਸਤੇ ਰਹਿ ਜਾਂ ਵਾਪਸ ਨਹੀਂ ਆਵਾਂਗੀ? ਕੋਈ ਬੰਦਾ ਸੋਚਦਾ? ਇੱਕ ਪਿੱਛੇ ਮੈਨੂੰ ਨਾਂ ਨੀ ਆ, ਤੁਹਾਨੂੰ ਯਾਦ ਹੋ ਰਿਹਾ, ਜਿਹੜੇ ਪਿੱਛੇ ਗਏ ਸੀ ਆਪਣੇ ਇੱਥੋਂ 6 ਮਹੀਨਿਆਂ ਬਾਅਦ ਵਾਪਸ ਸਹੀ ਸਲਾਮਤ ਆਏ ਸੀ ਨਾ, ਮੈਂ ਟੀਵੀ ਚ ਵੇਖਿਆ ਉਹਨਾਂ। ਸੋ ਹੈਗਾ, ਜੇ ਆਪਾਂ ਜਾਂਦੇ ਹਾਂ, ਆਪਾਂ ਉੱਥੇ ਪਹੁੰਚ ਜਾਂਦੇ ਹਾਂ, ਕੀ ਪਤਾ ਹੋ ਸਕਦਾ ਆਪਾਂ ਨੂੰ ਕੋਈ ਹੋਰ ਮੈਂਬਰ ਚੰਗੇ ਵੀ ਮਿਲ ਜਾਣ, ਕੋਈ ਦੁਨੀਆਂ ਮਿਲੇ,
ਕੋਈ ਚੰਗੀ ਜਗ੍ਹਾ ਮਿਲੇ, ਆਪਾਂ ਕਿਤੇ ਵੇਖੀਏ ਤੇ ਆਪਣੇ ਮਨ ਨੂੰ ਖੁਸ਼ ਕਰੀਏ ਵੀ ਇਸ ਦੁਨੀਆਂ ਤੇ ਅਸੀਂ ਸਦੋ ਹੀ ਰਹੇ, ਜੋ ਜਨਮ ਲਿਆ ਤੇ ਉੱਥੇ ਤਾਂ ਅਸੀਂ ਪਹੁੰਚੇ ਨੀ, ਅੱਜ ਆ ਤਾਂ ਅਸੀਂ ਬੜੇ ਖੁਸ਼ ਹੋਏ ਹਾਂ। ਮੈਂ ਤਾਂ ਤਿਆਰ ਹਾਂ ਜਾਣ, ਮੈਂ ਤੇ ਇੱਕ ਦਿਨ ਸ਼ਟਲ ਵੇਖੀ ਤੇ ਮੈਂ ਸਾਨੂੰ ਵੀ ਲੈ ਜਾਂਦਾ, ਅਸੀਂ ਵੀ ਵੇਖ ਆਈਏ, ਮੁੜ ਕੇ ਦੁਨੀਆਂ ਤੇ ਆਉਣਾ ਨੀ ਵੀ ਉਹ ਜਗ੍ਹਾ ਤਾਂ ਵੇਖੇ ਬਗੈਰ ਚਲੇ ਜਾਈਏ। ਠੀਕ ਹੈ, ਦਿਲ ਨੂੰ ਦਲੇਰ ਰੱਖੋ, ਜਿਹੜਾ ਆਪਣੇ ਸਿਰ ਤੇ ਖਿਲਾ ਉਹ ਆਪਾਂ ਨੂੰ ਮਰਨ ਹੀ ਦੇਗਾ, ਜੇ ਟਾਈਮ ਆਏਗਾ ਉਦੋਂ ਹੀ ਜਾਵਾਂਗੇ। ਤੇ ਪਹਿਲੋਂ ਨਾ ਘਬਰਾਈਏ, 10 ਸਾਲ ਪਹਿਲਾਂ ਮੌਤ ਅੱਗੇ ਹੋਵੇ ਤੇ ਡਰ ਕੇ ਅਸੀਂ ਪਹਿਲੋਂ ਮੰਜੇ ਤੇ ਪੈ ਜਾਈਏ ਤੇ ਉਹ ਇਨਸਾਨ ਦੀ ਕੋਈ ਬਹਾਦਰੀ ਨਹੀਂ ਹੁੰਦੀ, ਹੈਨਾ। ਇੱਕੋ ਕਹੋ ਕਿ ਅਸੀਂ ਤਾਂ ਜਾਵਾਂਗੇ, ਬੜਾ ਕੁਛ ਵੇਖਾਂਗੇ, ਜੀ ਵੀ ਲਾ ਲਾਂਗੇ ਤੇ ਆ ਵੀ ਜਾਵਾਂਗੇ ਤੇ ਫਿਰ ਦੁਨੀਆਂ ਨੂੰ ਸਾਰਿਆਂ ਨੂੰ ਮਿਲਾਂਗੇ ਜ਼ਰੂਰ। ਇਹ ਪ੍ਰਣ ਕਰਕੇ ਜਾਓ, ਕਦੀ ਨੀ ਕੁਛ ਹੋਏਗਾ। ਓਕੇ, ਕਦੀ ਵੀ ਮੈਂ ਤਾਂ ਡਰਦੀ ਨੀ, ਮੈਂ ਤਾਂ ਨੀ, ਜੇ ਆਪਾਂ ਜਾਣਾ ਹੈ ਇੱਥੇ ਵੀ ਤਾਂ ਜਾਣਾ ਹੀ ਹੈ ਨਾ, ਜਦੋਂ ਆਪਾਂ ਬੈਠੇ ਹਾਂ ਜੇ ਉੱਥੇ ਚਲੇ ਜਾਵਾਂਗੇ ਤਾਂ ਕੋਈ ਗੱਲ ਨੀ, ਇੱਕ ਉੱਥੇ ਜਾਣ ਦੀ ਬਹਾਦਰੀ ਹੈ, ਉੱਥੇ ਕੀ ਯਾਦਗੀਰ ਹੋ ਜਾਣੀ। ਅੱਛਾ, ਸੋ ਤੁਸੀਂ ਮਤਲਬ ਇਸ ਪਿੱਛੇ ਜਾਣਾ ਚਾਹੋਗੇ ਕਿ ਸ਼ਾਇਦ ਤੁਹਾਡਾ ਨਾਮ ਆਏ ਕਿ ਹਾਂਜੀ ਬਹੁਤ ਆਂਟੀ ਗਏ ਸੀਗੇ, ਆਂਟੀ ਗਏ ਹੋਏ ਨੇ, ਕਾਫੀ ਨਿਊਜ਼ ਦੇ ਵਿੱਚ ਸਾਰਾ ਤੁਹਾਡਾ ਨਾਮ ਹੋਏਗਾ। ਜੇ ਹੋਰ ਕੋਈ ਨਾ ਨਾਮ ਲਏਗਾ ਤਾਂ ਰੋਇਨ ਤਾਂ ਟੀਵੀ ਬੋਲ ਜਾਏਗੀ ਨਾ। ਠੀਕ ਹੈ, ਠੀਕ ਹੈ, ਜਾਣ ਨੂੰ ਆਪਾਂ ਤਿਆਰ ਆ, ਜਦੋਂ ਕਹੋ ਉਹਦਾ ਜਾਣ ਨੂੰ ਤਿਆਰ, ਵੇਖੀ ਜਾਏਗੀ ਜੋ ਹੋਏਗਾ ਉਹ ਵਾਹਿਗੁਰੂ ਦੇ ਹੱਥੇ। ਠੀਕ ਹੈ, ਠੀਕ ਹੈ, ਓਕੇ ਓਕੇ। ਸੋ ਆਂਟੀ ਨਾਲ ਨਾਲ ਕਹੀ ਜਾ ਰਹੀ ਹੈ ਵੇਖੀ ਜਾਏਗੀ ਜੋ ਹੋਏਗਾ, ਯੂ ਨੋ ਉਹ ਦੇਖੀ ਜਾਏਗੀ, ਪਰ ਜਾਣਾ ਹੈ ਕਿਉਂਕਿ ਯੂ ਨੋ ਦੁਨੀਆਂ ਜਾਂਦੀ ਹੈ। ਸੋ ਬਹਾਦਰੀ ਦੀ ਗੱਲ ਹੈ, ਲੈਟਸ ਸੀ ਹੋਰ ਕੀ ਰੀਜ਼ਨਸ ਹੈਗੇ ਕਿਉਂ ਕੋਈ ਜਾਣਾ ਚਾਹੁੰਦਾ ਹੈ ਜਾਂ ਨਹੀਂ ਜਾਣਾ ਚਾਹੁੰਦਾ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਹਾਂਜੀ ਹਾਂਜੀ ਹਰਮਿੰਦਰ ਜੀ, ਤੁਸੀਂ ਕੀ ਕਹੋਗੇ? ਮੈਂ ਵੀ ਇਹਨਾਂ ਭੈਣਾਂ ਨਾਲ ਤਿਆਰ ਹਾਂ। ਓ ਸੌਰੀ, ਤਿੰਨ ਤਾਂ ਹੋ ਗਈਆਂ, ਕੌਣ ਬੋਲ ਰਹੇ ਹੋ? ਗੱਲਾਂ ਬਾਤਾਂ ਕਰਦੇ ਜਾਵਾਂਗੇ, ਪਰ ਇੱਕ ਗੱਲ ਦੱਸੋ ਮੈਨੂੰ ਵੀ ਕੌਣ ਬੋਲ ਰਹੇ ਹੋ? ਪਲੀਜ਼ ਟੀਵੀ ਦੇ ਟੀਵੀ ਦਾ ਵੋਲਿਊਮ ਘਟਾ ਦਿਓ। ਹਾਂ ਅਰਵਿੰਦ ਜੀ, ਅਨਪੜ੍ਹ ਵਾਸਤੇ ਰਸਤਾ ਹੈ, ਬਿਲਕੁਲ ਹੈਗਾ, ਉਹਦੇ ਚ ਅਸੀਂ ਪੜ੍ਹਾਈ ਥੋੜੀ ਮੰਗੀ ਹੈ। ਬਿਲਕੁਲ ਰੇੜੀ, ਮੈਂ ਤਾਂ ਕੱਲ ਤੋਂ ਹੀ ਕੱਪੜੇ ਪ੍ਰੈਸ ਕਰਕੇ ਰੱਖ ਲੈਣੇ ਨੇ। ਠੀਕ ਹੈ, ਇਹ ਨੀ ਪਤਾ ਵੀ ਇਹ ਵਾਲੇ ਕੱਪੜੇ ਕੰਮ ਆਣੇ ਆ ਕਿ ਨਹੀਂ। ਚਲੋ ਨਹੀਂ ਆਣੇ, ਆਪਣਾ ਦਿਲ ਦੀ ਖੁਸ਼ੀ ਤਾਂ ਹੈ ਨਾ। ਸਹੀ ਹੈ, ਸਹੀ ਹੈ, ਮਤਲਬ ਤਿਆਰੀਆਂ ਸ਼ੁਰੂ। ਹਾਂ ਮੇਰੀਆਂ ਤਿਆਰੀਆਂ ਨੇ, ਉਹਨਾਂ ਭੈਣਾਂ ਨੂੰ ਕਹਿ ਜਾ ਮੇਰਾ ਨੰਬਰ ਦੇ ਦਿਓ ਵੀ ਗੱਲਬਾਤ ਕਰਦੀਆਂ ਰਹਿਣ, ਆਪਾਂ ਹੁਣੀ ਤੇ ਸਹੇਲੀਆਂ ਬਣ ਜਾਈਏ। ਅੱਛਾ ਜੀ, ਸੋ ਮਤਲਬ ਅੱਛਾ, ਕਿਤੇ ਇਹ ਤੇ ਨਹੀਂ ਤੁਸੀਂ ਸੋਚ ਰਹੇ ਵੀ ਬਾਕੀ ਸਾਰੇ ਜਾ ਰਹੇ ਆ, ਇਸ ਪਿੱਛੇ ਥੋੜਾ ਫਨ ਹੋ ਜਾਏਗਾ, ਇਕੱਠੇ ਮੁੜ ਕੇ ਜਾਣ ਦੀ ਕੋਈ ਗੱਲ ਨਹੀਂ ਹੈਗੀ। ਹਾਂ, ਸੋ ਇਕੱਠੇ ਹੋ ਕੇ ਜਾਣ ਦਾ ਮਜ਼ਾ ਆ ਰਿਹਾ ਜਾਂ ਕਿਉਂ ਜਾਣਾ ਚਾਹੁੰਦੇ ਹੋ? ਮੈਂ ਬਹੁਤ ਖੁਸ਼ ਹੋਵਾਂਗੀ ਅਗਰ ਮੈਂ ਚਲੀ ਗਈ ਉੱਥੇ। ਅੱਛਾ, ਤੇ ਸਾਰਾ ਪਰਿਵਾਰ, ਬਾਕੀ ਸਾਰੇ ਤੁਹਾਡੇ ਲਵਡ ਵਨਸ ਤੇ ਇੱਥੇ? ਹੁਣ ਇੰਨੀ ਉਮਰ ਹੋ ਗਈ, ਹੁਣ ਪਰਿਵਾਰ ਠੀਕ ਆ, ਪਰਿਵਾਰ ਆਪਣੀ ਜਗ੍ਹਾ, ਜੇ ਉਈਓ ਉੱਪਰ ਨੂੰ ਉੱਡ ਗਏ ਬਾਬੇ ਨੇ ਚੁੱਕ ਲਏ ਫੇਰ ਪਰਿਵਾਰ ਕਿੱਥੇ ਜਾਏਗਾ? ਅੱਛਾ ਅੱਛਾ ਅੱਛਾ, ਹਾਂ ਉਹ ਵੀ ਸਹੀ ਹੈ, ਉਹ ਵੀ ਸਹੀ ਹੈ। ਸੋ ਮਤਲਬ ਠੀਕ ਹੈ, ਫ੍ਰੀ ਹੋ ਤੁਸੀਂ? ਅਰਬਿੰਦ ਜੀ, ਮੈਂ ਵੈਸੇ ਹੱਸਦੀ ਮਜ਼ਾਕ ਨਹੀਂ ਕਰਦੀ, ਬੇਸ਼ੱਕ ਮੇਰਾ ਨੰਬਰ ਦੇ ਦਿਓ। ਸੋ ਫ੍ਰੀ ਹੋ ਤੁਸੀਂ ਬਿਲਕੁਲ ਜਾਣ ਨੂੰ? ਹਾਂ ਮੈਂ ਰੈਡੀ ਆ ਜੀ। ਬਹੁਤ ਵਧੀਆ, ਕੀ ਨਾਮ ਕੀ ਹੈ ਤੁਹਾਡਾ? ਮੇਰਾ ਨਾਮ ਕੁਲਦੀਪ ਆ ਜੀ। ਹਾਂਜੀ ਹਾਂਜੀ, ਕੁਲਦੀਪ ਜੀ। ਸੋ ਕੁਲਦੀਪ ਜੀ, ਮੈਂ ਬਹੁਤ ਵਾਰ ਕਾਲ ਕਰਦੀ ਆ ਤੁਹਾਨੂੰ ਅਰਵਿੰਦ ਜੀ। ਹਾਂਜੀ ਹਾਂਜੀ, ਮੈਨੂੰ ਸੌਰੀ, ਮੈਨੂੰ ਨਾਮ ਥੋੜਾ ਧਿਆਨ ਨਹੀਂ ਆ ਰਿਹਾ ਸੀ ਤਾਂ ਹੀ ਮੈਂ ਪੁੱਛ ਲਿਆ। ਸੋ ਕੁਲਦੀਪ ਜੀ ਬਿਲਕੁਲ ਰੈਡੀ ਨੇ ਔਰ ਫ੍ਰੀ ਨੇ, ਮੈਨੂੰ ਬੜਾ ਅੱਛਾ ਲੱਗ ਰਿਹਾ ਹੈ ਸੋਚ ਕੇ ਕਿ ਤੁਹਾਨੂੰ ਇਹ ਲੱਗ ਰਿਹਾ ਵੀ ਬਿਲਕੁਲ ਫ੍ਰੀ ਹੈਗੀ ਆ, ਮੈਨੂੰ ਕੋਈ ਉਹ ਨਹੀਂ ਹੈਗਾ, ਮੈਨੂੰ ਕੋਈ ਡਰ ਨਹੀਂ ਲੱਗਦਾ, ਕੁਝ ਨਹੀਂ ਹੈਗਾ, ਕੋਈ ਅਟੈਚਮੈਂਟ ਨਹੀਂ ਹੈ, ਮਤਲਬ ਕਿ ਨਹੀਂ ਇਸ ਇਸ ਜੋ ਚੱਲ ਰਿਹਾ ਉਹਦੇ ਨਾਲ ਕੋਈ ਅਟੈਚਮੈਂਟ ਨਹੀਂ ਹੈ ਕਿ ਠੀਕ ਹੈ? ਨਹੀਂ ਮੈਨੂੰ ਕੁਝ ਨਹੀਂ ਹੈਗਾ। ਬਹੁਤ ਵਧੀਆ, ਬਹੁਤ ਖੁਸ਼ ਆ। ਅੱਜ ਦਾ ਤੁਸੀਂ ਮੇਰੇ ਮਨ ਪਸੰਦ ਦਾ ਲਿਆ ਕੇ ਦਿੱਤਾ ਮੁੱਦਾ। ਚਲੋ ਬਹੁਤ ਵਧੀਆ, ਥੈਂਕ ਯੂ ਸੋ ਮਚ, ਤੁਸੀਂ ਖੁਸ਼ ਕਰਤਾ ਸਾਨੂੰ ਆਪਣਾ ਜਵਾਬ ਦੇ ਕੇ ਵੀ, ਥੈਂਕ ਯੂ। ਸੋ ਹੋਰ ਪੁੱਛਦੇ ਆ, ਹੋਰ ਸਾਰੇ ਕੀ ਕਹਿ ਰਹੇ ਨੇ, ਪਲੀਜ਼ ਸਾਰੇ ਜ਼ਰੂਰ ਕਾਲ ਕਰੋ, ਆਪਣੀ ਗੱਲ ਕਰੋ। ਹੈਲੋ, ਹਾਏ ਅਰਵਿੰਦ ਜੀ। ਹਾਂਜੀ ਸੁਦਰਸ਼ਨ ਜੀ। ਵਾਹ ਭਾਈ ਵਾਹ, ਹਾਂਜੀ ਬਹੁਤ ਮਜ਼ੇਦਾਰ ਟਾਪਿਕ ਹੈ। ਹਾਂਜੀ ਮੈਂ ਤਾਂ ਜ਼ਰੂਰ ਜਾਵਾਂਗੀ। ਅੱਛਾ, ਯੈਸ, ਸੋ ਕਿਉਂ, ਵਾਈ? ਮੈਂ ਇਸ ਤਰ੍ਹਾਂ ਕਿ ਤਿੰਨ ਪੜਾਅ ਤੇ ਜ਼ਿੰਦਗੀ ਦੇ ਬੀਤ ਗਏ ਆ, ਰਾਈਟ? ਮੈਂ ਚੌਥੇ ਪੜਾਅ ਤੇ ਹਾਂ। ਓਕੇ, ਤੇ ਮੈਂ ਜਾਣਾ ਚਾਹੁੰਦੀ ਆ, ਦੇਖਣਾ ਚਾਹੁੰਦੀ ਆ ਐਡਵੈਂਚਰ, ਕਿਉਂ ਨਹੀਂ, ਜ਼ਰੂਰ ਜਾਣਾ ਚਾਹੀਦਾ। ਮੈਂ ਇਮੇਜਿਨ ਕਰਨੀ ਆ ਕਿ ਮੈਂ ਉੱਥੇ ਗਈ ਦੀ ਆ ਔਰ ਇਹ ਛੋਟਾ ਜਿਹਾ ਟਾਊਨ ਦਿਖਾ ਲਿਆ, ਉੱਥੇ ਮੈਂ ਯੋਗਾ ਦੀਆਂ ਕਲਾਸਾਂ ਕਰ ਰਹੀ ਆ, ਸੋ ਕਿਊਟ, ਮਿਊਜ਼ਿਕ ਸਿਖਾ ਰਹੀ ਆ, ਨਾ ਮੈਂ ਗਾ ਰਹੀ ਆ, ਆਮ ਵੈਰੀ ਹੈਪੀ।
really? देखो उत्थे होर होर लोग मिलेंगे, नए दोस्त मिलेंगे, नए नए लोग मिलेंगे, पूरी दुनिया तो शायद कोई पहुंचा होए है ना, कोई नेड़े तेड़े बिल्कुल नेबरहुड तो नहीं। हाँ हो सकता है, आई एम वेरी हैप्पी। और फिर मैं भी नहीं कहूंगी कि लगता नहीं दिल मेरा उजड़े दयार में, मैं नहीं कहूंगी। अच्छा नहीं कहूंगी। सो थानू की लगता है विजिट करके वापस आ जाना चाहोगे कि रह भी सकते हो? मैं रह भी सकनी है, मैं इत्थे भी तो रह रही हूं, इत्थे केड़ा अपना देश है। ਇੱਥੇ ਵੀ ਤੇ ਆਏ ਦੇ ਆ ਤੇ ਜਿਹੜੇ ਜਿਹੜੇ ਗ੍ਰੈਂਡ ਕਿਡਸ ਤੇ ਬੱਚੇ ਤੁਹਾਡੇ ਉਹ ਪਿੱਛੇ ਜਿਨ੍ਹਾਂ ਨੂੰ ਛੱਡ ਕੇ ਜਾਓਗੇ? ਨੋ ਪ੍ਰੋਬਲਮ ਅਰਵਿੰਦ ਜੀ, ਮੈਂ ਵੈਰੀ ਡਿਫਰੈਂਟ, ਮੈਂ ਇੰਨੀ ਮੋਹ ਮਮਤਾ ਦੇ ਵਿੱਚ ਜਕੜੀ ਹੋਈ ਨਹੀਂ ਆ। ਜੀ 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 ਮੈਂ ਆਮ ਫਾਈਨ, ਠੀਕ ਹੈ, ਜੋ ਹੈ ਸੋ ਹੈ, ਜਾ ਰਿਹਾ ਜਾ ਰਿਹਾ, ਉੱਪਰ ਵਾਲੇ ਦੀ ਮਰਜ਼ੀ ਹੈ, ਮੈਂ ਚਲੀ ਗਈ ਉਹਦੀ ਉੱਪਰ ਵਾਲੇ ਦੀ ਮਰਜ਼ੀ ਹੈ, ਮੈਨੂੰ ਕੋਈ ਯਾਦ ਕਰੇ ਨਾ ਕਰੇ ਆਏ, ਮੈਨੂੰ ਕੋਈ ਚਿੰਤਾ ਨਹੀਂ। ਗੱਲ ਵਾਹ ਬਹੁਤ ਬਹੁਤ ਵਧੀਆ, ਥੈਂਕ ਯੂ ਮਸਤ ਆ। ਬਾਕੀ ਦੇ ਜਿੰਨੇ ਟਾਈਮ ਹੈ ਆਮ ਵੈਰੀ ਮਸਤ ਬੰਦਾ। ਸੋ ਇਹ ਤੇ ਲੱਗ ਰਿਹਾ ਜਿਵੇਂ ਸਾਡੀ ਆਪਣੀ ਕਾਲੋਨੀ ਬਣ ਜਾਣੀ ਹੈ ਗੱਲਬਾਤ ਵਾਲਿਆਂ ਦੀ। ਮੈਂ ਤੇ ਕਹਿ ਰਹੀ ਹਾਂ ਕਿ ਮੈਨੂੰ ਲੱਗਦਾ ਹੈ ਕਿ ਮੈਂ ਇਮੇਜਿਨ ਕਰ ਰਹੀ ਹਾਂ ਕਿ ਇੱਕ ਸਾਡੀ ਟਾਊਨ ਜਿਹਾ ਬਣ ਜਾਊਗਾ। ਠੀਕ ਹੈ, ਸਾਰੇ ਨੂੰ ਹੋ ਸਕਦਾ ਉੱਥੇ ਤੇ ਪੰਜਾਬੀ ਟੀਵੀ ਸਟੇਸ਼ਨ ਵੀ ਅਸੀਂ ਲੈ ਆਈਏ, ਪਰ ਆਈ ਨੋ ਆਪਣਾ ਹੈ ਨਾ ਆਪਣਾ ਉਹ ਕਿ ਉੱਥੇ ਆਪਣੇ ਗਾਈਏ ਵਜਾਈਏ ਗੱਲਾਂ ਕਰੀਏ ਤਾਂ। ਸਹੀ ਹੈ, ਇੱਥੇ ਸਿਰਫ ਆਵਾਜ਼ ਪਹਿਚਾਣ ਰਹੇ ਹਾਂ, ਕੀ ਪਤਾ ਨੇੜੇ ਨੇੜੇ ਹੋ ਜਾਈਏ, ਹੈ ਨਾ? ਕੀ ਪਤਾ, ਸੁਣੋ ਸੁਣੋ ਉੱਥੇ ਜਾ ਕੇ ਮੈਂ ਕਹਾਂ ਅਰਵਿੰਦ ਮੈਂ ਤੇ ਜਾਣਨੀ ਆ। ਸਹੀ ਹੈ, ਸਹੀ ਹੈ, ਸਹੀ ਹੈ, ਇਟਸ ਅ ਵੈਰੀ ਗੁੱਡ ਟਾਪਿਕ, ਵੈਰੀ ਗੁੱਡ ਟਾਪਿਕ ਹੈ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਜੀ। ਕੋਈ ਡਰਪੋਕ ਨਹੀਂ ਹੈ, ਸਭ ਤਿਆਰ ਨੇ, ਸਭ। ਅੱਛਾ, ਸਭ ਤਿਆਰ ਨੇ ਬਈ, ਕੋਈ ਤਾਂ ਹੋਣਾ ਜਿਵੇਂ ਜਸਪ੍ਰੀਤ ਨੂੰ ਹੁਣ ਡਰ ਲੱਗ ਰਿਹਾ, ਤੁਸੀਂ ਜਸਪ੍ਰੀਤ ਨੂੰ ਕੀ ਕਹੋਗੇ? ਜਸਪ੍ਰੀਤ ਕਿਉਂ ਡਰ ਰਹੀ ਹੈ? ਮੈਂ ਤਾਂ ਲੇਟ ਹੋਈ ਹਾਂ ਕਿਉਂਕਿ ਮੈਂ ਕਿੱਥੋਂ ਆਈ ਸਾਂ, ਪਰ ਇਹ ਨਾ ਸਮਝੋ ਕਿ ਮੈਂ ਕਿੱਥੋਂ ਆਈ ਸਾਂ, ਮੈਂ ਉੱਥੇ ਯਾਤਰਾ ਕਰਕੇ ਆਈ ਹਾਂ, ਦੇਖ ਕੇ ਆਈ ਹਾਂ। ਹਾਂ, ਕਿਹੜੀ ਜਗ੍ਹਾ? ਮੈਂ ਸਾਰਿਆਂ ਨੂੰ ਕਹਿੰਦੀ ਹਾਂ ਬੜੀ ਅੱਛੀ ਜਗ੍ਹਾ, ਚਲੋ। ਅੱਛਾ, ਮੈਂ ਲੇਟ ਅੱਜ ਕਾਲ ਕੀਤੀ ਹੈ ਨਾ, ਹਾਂਜੀ, ਮੈਂ ਕਿਤੇ ਗਈ ਦੀ ਸੀ ਤੇ ਤੁਸੀਂ ਇਮੇਜਿਨ ਸੋਚ ਲਓ ਕਿ ਮੈਂ ਉੱਥੇ ਗਈ ਦੀ ਸੀ ਔਰ ਤੁਹਾਡੇ ਵਾਸਤੇ ਮੈਂ ਦੇਖਣ ਗਈ ਸੀ। ਓਹ, ਅੱਛਾ, ਵਾਓ, ਇੱਕ ਇੱਕ ਸਟੈਪ ਹੋਰ ਹੋ ਗਿਆ ਇਮੇਜਿਨੇਸ਼ਨ ਦਾ, ਵੈਰੀ ਨਾਈਸ। ਯੈਸ ਯੈਸ, ਠੀਕ ਹੈ, ਵੈਰੀ ਗੁੱਡ ਪਲੇਸ, ਵੈਰੀ ਗੁੱਡ ਪਲੇਸ, ਠੀਕ ਹੈ, ਥੈਂਕ ਯੂ ਸੋ ਮਚ। ਅਰਵਿੰਦ ਜੀ, ਅਰਵਿੰਦ ਜੀ, ਕਿਸੇ ਨੇ ਜੋ ਕੀਤਾ ਸੀ ਕਿ ਚੰਦਰਯਾਨ ਦੇ ਤੇ ਜਾ ਕੇ ਤੇ ਪਾਣੀ ਉੱਥੇ ਇੰਨਾ ਵੇ ਤੇ ਪਾਣੀ ਕਿਸ ਤਰ੍ਹਾਂ ਹੋ ਗਿਆ ਉੱਥੇ ਜਾ ਕੇ, ਨਹੀਂ ਸੋਚ ਰਹੇ ਸਰ ਲੋਕ। ਕਿਸੇ ਨੇ ਕਿਹਾ ਜੀ ਹਰ ਸਾਲ ਅਸੀਂ ਔਰਤਾਂ ਕਰਵਾ ਚੌਥ ਦੇ ਵਰਤ ਵਾਲੇ ਦਿਨ ਇੰਨਾ ਪਾਣੀ ਦਿੰਦੇ ਆ, ਇੰਨਾ ਪਾਣੀ ਦਿੰਦੇ ਆ ਤੇ ਉੱਥੇ ਇਕੱਠਾ ਹੋ ਗਿਆ ਪਾਣੀ, ਮਿੱਠਾ ਉੱਥੇ, ਇਸ ਕਰਕੇ ਪਾਣੀ। ਅੱਛਾ, ਉਹ ਜਿਹੜਾ ਪਾਉਂਦੇ ਇੰਜ ਕਰਕੇ ਉਹ ਚੰਦਰਮਾ ਚ ਭਰ ਗਿਆ, ਜਿਹੜਾ ਅਸੀਂ ਰਾਤ ਨੂੰ ਚੰਦਰਮਾ ਨੂੰ ਦਿੰਦੇ ਆ ਗੜਵੀ ਭਰ ਕੇ ਪਾਣੀ ਦੀ, ਮਿੱਠਾ ਮਿੱਠਾ ਵੀ ਹੁੰਦਾ ਤੇ ਉੱਥੋਂ ਦਾ ਪਾਣੀ ਵੀ ਮਿੱਠਾ ਹੋ ਗਿਆ, ਸੋ ਪਾਣੀ ਦੀ ਤੇ ਕੋਈ ਕਮੀ ਨਹੀਂ ਹੈ, ਪਾਣੀ ਉੱਥੇ ਆਲਰੇਡੀ ਹੈ। ਠੀਕ ਹੈ, ਬਹੁਤ ਵਧੀਆ, ਥੈਂਕ ਯੂ ਸੋ ਮਚ ਜੀ, ਬਹੁਤ ਵਧੀਆ। ਆਈ ਐਮ ਸੋ ਗਲੈਡ, ਮਾਈ ਫੈਮਿਲੀ ਇਜ਼ ਸੋ ਇਮੈਜੀਨੇਟਿਵ, ਸੋ ਕ੍ਰੀਏਟਿਵ ਕਿ ਉਹ ਤਾਂ ਨੈਕਸਟ ਸਟੈਪ, ਉਹ ਕਹਿੰਦੇ ਸਮਝੋ ਮੈਂ ਥੋੜ੍ਹੀ ਲੇਟ ਆਈ ਹਾਂ ਤੇ ਮੈਂ ਉੱਥੇ ਹੀ ਗਈ ਹੋਈ ਸੀ, ਹੋਰ ਵੀ ਕੁਛ ਨਹੀਂ, ਮਤਲਬ ਮੈਂ ਹੋ ਆਈ ਹਾਂ ਔਰ ਮੈਂ ਰਿਕਮੈਂਡ ਕਰ ਰਹੀ ਹਾਂ, ਸਭ ਕੁਛ ਉੱਥੇ ਠੀਕ ਹੈ, ਸਾਰੇ ਗੱਲਬਾਤ ਵਾਲਿਆਂ ਨੂੰ ਯੂ ਨੋ ਛੁੱਟੀ ਹੈ, ਜਸਟ ਲੈਟਸ ਗੋ। ਸੋ ਦਿਸ ਇਜ਼ ਕੁਆਇਟ ਵੰਡਰਫੁਲ ਐਕਚੁਲੀ, ਕਿ ਇਮੈਜੀਨੇਸ਼ਨ ਦੇ ਵਿੱਚ ਅਸੀਂ ਐਟਲੀਸਟ ਵੀ ਆਈ ਐਮ ਲਾਫਿੰਗ ਐਂਡ ਆਈ ਐਮ ਰੀਅਲੀ ਹੈਪੀ ਕਿ ਤੁਸੀਂ ਸਾਰੇ ਉਸ ਚੀਜ਼ ਨੂੰ ਸੋਚ ਪਾ ਰਹੇ ਹੋ। ਲੈਟ ਮੀ ਟੇਕ ਅ ਸ਼ੋਰਟ ਬ੍ਰੇਕ ਐਂਡ ਕਮ ਬੈਕ, ਤੁਸੀਂ ਕਾਲ ਜ਼ਰੂਰ ਕਰੋ। ਸਾਰਿਆਂ ਦਾ ਫਿਰ ਸਵਾਗਤ ਹੈ, ਲੈਟਸ ਸੀ ਹੋਰ ਸਾਰੇ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਹਾਂਜੀ, ਬਲ ਸਾਹਿਬ ਕੀ ਕਹਿੰਦੇ ਹੋ? ਕਹਿਣਾ ਕੀ ਹੈ ਜੀ, ਪਹਿਲਾਂ ਤੇ ਤੁਹਾਡੇ ਜਸ ਟੀਵੀ ਵਾਲਿਆਂ ਦੀ ਟੀਮ ਆਈ ਸਾਡੇ ਮਹੱਲੇ ਦੇ ਏਰੀਏ ਚ, ਲਾਈਵ ਕਬੱਡੀ ਟੂਰਨਾਮੈਂਟ ਦਾ ਲਾਈਵ ਖਾ ਰਹੇ ਸੀ। ਓਕੇ, ਤੇ ਤੁਹਾਡੀ ਸਾਰੀ ਟੀਮ ਨਾਲ ਵਿਚਾਰ ਵਟਾਂਦਰਾ ਹੋਇਆ, ਬੜੀ ਅੱਛੀ ਗੱਲ ਹੈ, ਤੇ ਪਹਿਲੀ ਵਾਰ ਨਹੀਂ ਦੂਜੀ ਵਾਰ ਤੁਹਾਡੇ ਮੈਡਮ ਪੈਨੀ ਸੰਧੂ ਨਾਲ ਗੱਲਬਾਤ ਹੋਈ। ਓਕੇ, ਤੇ ਫਿਰ ਉਹਨਾਂ ਨੇ ਸਿਫਾਰਿਸ਼ ਵੀ ਕੀਤੀ ਵੀ ਜਿਹੜਾ ਅਰਵਿੰਦ ਦਾ ਪ੍ਰੋਗਰਾਮ ਹੈ ਅਸੀਂ ਬਹੁਤ ਚਿਰ ਤੋਂ ਵੇਨੇ ਆ, ਉਹ ਤੋਂ ਸਿੱਖਿਆ ਬੜੀ ਮਿਲਦੀ ਹੈ ਤੇ ਉਹਦਾ ਟਾਈਮ ਦਾ ਹੋ। ਅੱਛਾ ਅੱਛਾ, ਠੀਕ ਹੈ, ਤੇ ਉਹਨਾਂ ਨੇ ਤੁਹਾਡੀ ਬਹੁਤ ਜ਼ਿਆਦਾ ਸਿਫਤ ਕੀਤੀ ਜੀ। ਓਕੇ, ਥੈਂਕ ਯੂ, ਜਿਵੇਂ ਸਾਰਾ ਟਾਈਮ ਹੀ ਤੁਹਾਡਾ ਬਾਕੀ ਬੋਲਦਾ ਰਹਾਂ ਤੇ ਸ਼ਬਦ ਨਹੀਂ ਮੁੱਕਣੇ, ਤੁਹਾਡੀ ਇੰਨੀ ਪ੍ਰਸ਼ੰਸਾ ਕੀਤੀ ਉਹਨਾਂ ਨੇ। ਓ ਥੈਂਕ ਯੂ, ਥੈਂਕ ਯੂ, ਤੇ ਅੱਜ ਤੁਸੀਂ ਸਾਡੇ ਨਾਲ ਚੰਦਰਮਾ ਤੇ ਚੱਲੇ ਹੋ ਕਿ ਨਹੀਂ? ਜੱਗੀ ਜੀ, ਪੰਜਾਬ ਤੋਂ ਬਾਅਦ ਪਹਿਲੀ ਵਾਰ ਮੈਨੂੰ ਮਿਲੇ, ਉਹਨਾਂ ਪਛਾਣਿਆ ਨਹੀਂ, ਫਿਰ ਮੈਨੂੰ ਮੈਂ ਦੱਸਿਆ ਤੇ ਫਿਰ ਮੇਰਾ ਲਾਈਵ ਉਹਨਾਂ ਦੋ ਮਿੰਟ
ਇੰਟਰੋਡਿਊਸ ਕਰਾਇਆ ਜੀ। ਠੀਕ ਹੈ ਜੀ। ਤੇ ਪੈਣੀ ਸੰਧੂ ਜੀ ਨੂੰ ਵੀ ਮਿਲਾਇਆ। ਬਹੁਤ ਵਧੀਆ। ਸਾਡੇ ਰੈਗੂਲਰ ਕਾਲਰ ਕਾਲਰ ਹੀ ਨਹੀਂ, ਲਗਾਤਾਰ ਪ੍ਰੋਗਰਾਮ ਵੀ ਵੇਂਦੇ ਆ। ਠੀਕ ਹੈ। ਤੇ ਮੈਨੂੰ ਤੇ ਲੱਗਦਾ ਸੀ ਆਪਾਂ ਜਿਹੜਾ ਤੁਹਾਡੀ ਟੀਮ ਨੂੰ ਮਿਲ ਲਿਆ ਉੱਥੇ ਪਹੁੰਚ ਗਏ ਹੋਏ ਆ ਜੀ, ਇੱਥੇ ਹੀ ਸਵਰਗ ਆ। ਜਿਹਨੂੰ ਇੱਥੇ ਸਵਰਗ ਨਹੀਂ ਮਿਲਣਾ ਉਹਨੂੰ ਉੱਥੇ ਜਾ ਕੇ ਵੀ ਕੁਝ ਨਹੀਂ ਮਿਲਣਾ ਜੀ। ਠੀਕ ਹੈ। ਸੋ ਤੁਸੀਂ ਨਹੀਂ ਜਾਣਾ ਚਾਹੋਗੇ? ਇਹ ਹੋਏ ਆਤੇ ਹੈ ਸਭ ਹਾਸਾ ਹੁਆ ਜੋ ਜਾਏਗਾ ਉਹ ਮੁਕੱਦਰ ਕਾ ਸਿਕੰਦਰ ਕਲਾਏਗਾ। ਸੋ ਤੁਸੀਂ ਇੱਥੇ ਹੀ ਰਹਿਣਾ ਚਾਹੋਗੇ? ਮੈਨੂੰ ਤੇ ਜਾਣਦਾ, ਜਿਹੜੇ ਕਈ ਮੇਰੀਆਂ ਭੈਣਾਂ ਕਹਿੰਦੀਆਂ ਅਸੀਂ ਜ਼ਿੰਦਗੀ 'ਚ ਡਰੇ ਨਹੀਂ, ਸਾਨੂੰ ਕੋਈ ਖਤਰਾ ਨਹੀਂ, ਅਸੀਂ ਪਹਾੜੀਆਂ ਚੜ੍ਹੇ ਬੜਾ ਕੁਝ ਕੀਤਾ। ਮੈਨੂੰ ਨਹੀਂ ਜਾਣਦਾ ਇੰਨਾ ਕਿਤੇ ਆਪਣੇ ਇੱਕ ਖੂਨ ਦੀ ਬੋਤਲ ਵੀ ਦਾਨ ਕੀਤੀ ਹੋਵੇ। ਜੇ ਕੀਤੀ ਹੋਵੇ ਤਾਂ ਮੇਰਾ ਬਹੁਤ ਬਹੁਤ ਉਹਨਾਂ ਨੂੰ ਧੰਨਵਾਦ। ਬਹੁਤ ਵਧੀਆ ਜੀ, ਥੈਂਕ ਯੂ ਸੋ ਮੱਚ। ਮੈਨੂੰ ਸਮਝ ਨਹੀਂ ਆਈ ਵੈਸੇ ਕਿ ਤੁਸੀਂ ਖੂਨ, ਐਨੀਵੇ ਇਹਨਾਂ ਨੂੰ ਪੁੱਛਦੇ ਆ ਕੀ ਕਹਿ ਰਹੇ ਨੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਅਰਵਿੰਦ ਜੀ। ਹਾਂਜੀ, ਦੱਸੋ ਕੌਣ ਬੋਲ ਰਹੇ ਹੋ ਜੀ? ਮੈਂ ਲਖਵਿੰਦਰ ਬੋਲਦੀ ਹਾਂ, ਮੈਂ ਫਸਟ ਟਾਈਮ ਕਾਲ ਕੀਤੀ ਹੈ ਜੀ। ਓ ਵਾਓ, ਥੈਂਕ ਯੂ ਸੋ ਮੱਚ, ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸਾਡੇ। ਪਹਿਲੇ ਵੀ ਦੇਖਦੇ ਹੋਣੇ ਹੋ ਪਰ ਕਾਲ ਨਹੀਂ ਕੀਤੀ, ਸੋ ਜ਼ਰੂਰ। ਮੈਂ ਕਿੰਨੀ ਆ, ਮੇਰੇ ਜੀਜਾ ਜੀ ਤੇ ਭੈਣ ਜੀ ਇੰਨੇ ਫੈਨ ਨੇ ਨਾ ਤੁਹਾਡੇ ਪ੍ਰੋਗਰਾਮ ਦੇ, ਉਹ 12 ਵਜੇ ਪੂਰੇ ਮੈਨੂੰ ਕਾਲ ਕਰ ਦੇਣਗੇ ਕਿ ਅਰਵਿੰਦ ਦਾ ਪ੍ਰੋਗਰਾਮ ਆ ਰਿਹਾ। ਓਕੇ, ਥੈਂਕ ਯੂ। ਸੋ ਲਖਵਿੰਦਰ ਜੀ ਦੱਸੋ, ਅੱਜ ਫਿਰ ਮੂਨ ਤੇ ਜਾਣ ਦੀ ਕੀ ਸਲਾਹ ਹੈ? ਹਾਂਜੀ, ਮੈਂ ਤਾਂ ਉਹਨਾਂ ਨੂੰ ਵੀ ਤਿਆਰ ਕਰ ਲਿਆ। ਅੱਛਾ, ਠੀਕ ਹੈ। ਤੇ ਬਾਕੀ ਮੈਂ ਉਹਨਾਂ ਨੂੰ ਕਹਿ ਰਹੀ ਸੀ, ਮੈਂ ਕਿਹਾ ਦੇਖੋ ਸੁਦਰਸ਼ਨ ਭੈਣ ਜੀ ਨੂੰ ਤਾਂ ਸੰਗੀਤ ਦਾ ਸ਼ੌਂਕ ਹੈ, ਉਹ ਆਪਣੇ ਨਾਲ ਜਾ ਰਹੇ ਆ, ਤੇ ਮੈਨੂੰ ਡਾਂਸ ਦਾ ਸ਼ੌਂਕ ਹੈ, ਤੇ ਕਮੀ ਕੱਢ ਜਾਏਗੀ ਬਸ, ਹੋਰ ਕੀ। ਬਿਲਕੁਲ ਸਹੀ ਹੈ ਯਾ, ਅਸੀਂ ਆਪਣੀ ਉੱਥੇ ਪਾਰਟੀ, ਆਲ ਟਾਈਮ ਪਾਰਟੀ ਤਾਂ ਚੱਲਦੀ ਰਹਿਣੀ ਹੈ ਯਾ। ਹਾਂਜੀ, ਬਾਕੀ ਚਲੋ ਠੀਕ ਹੈ, ਤੁਸੀਂ ਪ੍ਰੋਗਰਾਮ ਇਦਾਂ ਦੇ ਲਿਆ ਕਰੋ ਕਦੀ ਹਾਸੇ ਵਾਲੇ ਵੀ। ਚਲੋ ਉਸੇ ਤਾਂ ਅਸੀਂ ਦੇਖਦੇ ਹੀ ਦੇਖਦੇ ਹਾਂ ਤੁਹਾਡੇ ਪ੍ਰੋਗਰਾਮ, ਥੋੜਾ ਜਿਹਾ ਚੇਂਜਿੰਗ ਹੋ ਜਾਂਦੀ ਹੈ। ਬਿਲਕੁਲ, ਆਮ ਸ਼ੋਰ। ਥੈਂਕ ਯੂ ਸੋ ਮੱਚ ਕਿ ਤੁਹਾਨੂੰ ਪਸੰਦ ਆ ਰਿਹਾ, ਤੇ ਤੁਹਾਡਾ ਮੇਨ ਰੀਜ਼ਨ ਕੀ ਹੈ, ਕਿਉਂ ਜਾਣਾ ਚਾਹੋਗੇ? ਬਸ ਹੁਣ ਆਪਣਾ ਇੱਥੇ ਤੇ ਦੇਖੋ ਸਾਰਾ ਕੁਝ, ਆਪਾਂ ਇੰਡੀਆ ਤੋਂ ਅਮਰੀਕਾ ਆ ਗਏ, ਇੰਨੀ ਦੂਰ ਆਏ, ਜਿਹੜੇ ਸ਼ੌਂਕ ਸਨ ਅਮਰੀਕਾ 'ਚ ਜਾਣਾ, ਅਮਰੀਕਾ 'ਚ ਜਾਣਾ, ਹੈ ਨਾ? ਸਹੀ ਹੈ, ਅਮਰੀਕਾ ਦੇਖ ਲਿਆ ਆਪਾਂ, ਹੁਣ ਅੱਗੇ ਇੱਥੇ ਘਰ ਬਣਾ ਲਏ, ਬੱਚੇ ਵਿਆਹ ਲਏ, ਹੁਣ ਪੋਤਾ ਹੋਇਆ ਮੇਰਾ ਛੋਟਾ ਜਿਹਾ। ਉਹ ਵਧਾਈਆਂ ਬਹੁਤ ਬਹੁਤ। ਹਾਂਜੀ ਹਾਂਜੀ, ਤੇ ਹੁਣ ਸਭ ਕੁਝ ਹੈਗਾ, ਹੁਣ ਆਪਾਂ ਗਾਂ ਵੀ ਤਾਂ ਘੁੰਮ ਫਿਰ ਲਈਏ ਨਾ। ਬਹੁਤ ਵਧੀਆ, ਬਹੁਤ ਵਧੀਆ, ਥੈਂਕ ਯੂ ਸੋ ਮੱਚ ਲਖਵਿੰਦਰ ਜੀ, ਇਸੇ ਤਰ੍ਹਾਂ ਕਾਲ ਕਰਦੇ ਰਿਹਾ ਕਰੋ, ਸਾਨੂੰ ਚੰਗਾ ਲੱਗਦਾ। ਓਕੇ ਜੀ, ਓਕੇ ਜੀ, ਓਕੇ, ਬਾਏ ਬਾਏ, ਸਤਿ ਸ਼੍ਰੀ ਅਕਾਲ। ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ ਜੀ? ਹਾਂਜੀ, ਬਲਦੇਵ ਸਿੰਘ ਸਰਪੰਚ ਬੋਲਦਾ ਜੀ, ਸ਼ਾਹਪੁਰ ਤੋਂ। ਸਵਾਗਤ ਹੈ ਬਲਦੇਵ ਜੀ, ਦੱਸੋ ਕੀ ਕਹਿੰਦੇ ਹੋ? ਹਾਂਜੀ ਹਾਂਜੀ ਜੀ, ਭੈਣ ਜੀ ਅਸੀਂ ਤੇ ਇਹੋ ਹੀ ਕਹਿੰਦੇ ਆ ਵੀ ਹੁਣ 65 ਸਾਲ ਦੀ ਉਮਰ ਹੋ ਗਈ ਆ। ਠੀਕ ਹੈ, ਤੇ ਹੁਣ ਚਲੋ ਜੇ ਕੋਈ ਨਵੀਂ ਥਾਂ ਮਿਲੇ ਤੇ ਘੁੰਮਣਾ ਫਿਰਨਾ ਚਾਹੀਦਾ। ਠੀਕ ਹੈ, ਹਾਂਜੀ, ਪਰ ਘੁੰਮਣ ਫਿਰਨ ਨੂੰ ਤਾਂ ਫਿਰ ਇਸ ਧਰਤੀ ਤੇ ਵੀ ਬੜਾ ਕੁਛ ਹੈ, ਮਤਲਬ ਮੂਨ ਤੇ ਹੀ ਕਿਉਂ, ਮੂਨ ਤੇ ਜਾਣਾ ਚਾਹੋਗੇ? ਉਹ ਫਿਰ ਨਵੀਂ ਜਗ੍ਹਾ ਨਾ, ਹੁਣ ਮੇਰੇ ਦੇ ਘਰ ਦੀ ਉਹ ਵੀ ਤਿਆਰ ਕਹਿੰਦੀ ਵੀ ਜੇ ਭੈਣ ਜੀ ਨੂੰ ਪੁੱਛ ਲਓ ਜੇ ਕੋਈ ਆਪਣਾ ਕੋਈ ਟਿਕਟਾਂ ਟੁਕਟਾਂ ਕੋਈ ਹਿਸਾਬ ਕਿਤਾਬ ਹੈ ਜੇ ਕਿਸ ਤਰ੍ਹਾਂ ਗੱਲਬਾਤ ਵੀ ਜੇ ਕੋਈ ਹੈਗੀ ਹੈ ਤੇ ਅਸੀਂ ਜਾਣ ਨੂੰ ਤਿਆਰ ਹਾਂ ਦੋਵੇਂ ਜੀ, ਅਸੀਂ ਹੁਣ ਫ੍ਰੀ ਹਾਂ ਦੋਵੇਂ ਜੀ। ਜੀ ਬਹੁਤ ਵਧੀਆ, ਸੋ ਬਾਕੀ ਸਾਰੇ ਜਿਹੜੇ ਘਰ ਦੇ ਉਹ ਮਿਸ ਕਰਨਗੇ ਫਿਰ, ਦੋਨੋਂ ਤਾਂ ਤੁਸੀਂ ਇਕੱਠੇ ਹੋ ਗਏ। ਉਹ ਅਸੀਂ ਜਦੋਂ ਅਸੀਂ ਦੋਵੇਂ ਜੀ ਜਾ ਰਹੇ ਹਾਂ ਤੇ ਬੱਚੇ ਤਾਂ ਹੁਣ ਆਪੋ ਆਪਣੇ ਲੈਬ ਤੇ ਆਪੋ ਆਪਣੇ ਕੰਮਾਂ ਕਾਰਾਂ 'ਚ ਲੱਗ ਗਏ ਆ। ਸਹੀ ਹੈ, ਠੀਕ ਹੈ, ਤੇ ਹੁਣ ਬੱਚਿਆਂ ਤੋਂ ਹੁਣ ਬੱਚਿਆਂ ਦੇ ਬੱਚੇ ਗਾਹ ਹੁਣ ਵੱਡੇ ਵੱਡੇ ਹੋਏ ਆ। ਠੀਕ ਹੈ, ਉਹਨਾਂ ਨੂੰ ਹੁਣ ਅਸੀਂ 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 ਬਿਲਕੁਲ ਫ੍ਰੀ ਆ ਹੁਣ। ਹੋ ਗਏ, ਬਹੁਤ ਵਧੀਆ, ਤੇ ਚਲੋ ਕੋਈ ਨਵੀਂ ਜਗ੍ਹਾ ਵੇਖ ਲਈਏ ਇੱਥੇ ਦੁਨੀਆ ਤੇ। ਇੱਥੇ ਤਾਂ ਹੁਣ ਇੰਡੀਆ ਤੋਂ ਚੱਲ ਕੇ ਅਮਰੀਕਾ ਆ ਗਏ, ਕੈਨੇਡਾ, ਸਾਰੇ ਆਪਾਂ ਘੁੰਮ ਲਿਆ ਸਾਰਾ। ਜੀ ਜੀ ਜੀ, ਤੇ ਅਮਰੀਕਾ ਵੀ ਇੱਥੇ ਦੇਖ ਲਿਆ ਸਾਰਾ ਕੁਝ, ਤੇ ਹੁਣ ਚਲੋ ਜੇ ਕੋਈ ਨਵੀਂ ਚੀਜ਼ ਹੋਰ ਵੇਖ ਲਈਏ। ਠੀਕ ਹੈ, ਚੰਗੀ ਗੱਲ ਹੀ ਆ। ਠੀਕ ਹੈ, ਬਹੁਤ ਵਧੀਆ ਜੀ। ਸੋ ਸਾਡਾ ਤੇ ਗੱਲਬਾਤ ਦਾ ਪਰਿਵਾਰ ਮੈਨੂੰ ਲੱਗਦਾ ਉੱਥੇ ਪਹੁੰਚਣਾ ਹੈ, ਸੋ ਮੈਂ ਫਿਰ ਥੱਲੇ ਇੱਥੇ ਰਹਿ ਕੇ ਕੀ ਕਰਾਂਗੀ, ਮੇਰਾ ਤਾਂ ਦਿਲ ਨਹੀਂ ਲੱਗਣਾ, ਮੈਨੂੰ ਵੀ ਜਾਣਾ ਪੈਣਾ। ਤੈਨੂੰ ਨਾਲ ਲੈ ਕੇ ਚੱਲਾਂਗੇ ਭੈਣ, ਤੂੰ ਟਿਕਟਾਂ ਸਾਡੀਆਂ ਵੀ ਨਾਲ ਕਰਾ, ਤਾਂ ਅਸੀਂ ਪੈਸੇ ਦੇ ਦੇਵਾਂਗੇ ਜਿੰਨੇ ਤੁਸੀਂ ਕਹੋਗੇ। ਠੀਕ ਹੈ, ਠੀਕ ਹੈ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮੱਚ। ਮੈਂ ਹੋਰ ਪੁੱਛਦੀ ਹਾਂ ਕੀ ਕਹਿ ਰਹੇ ਨੇ। ਹੈਲੋ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੌਣ ਬੋਲਦੇ ਹੋ ਜੀ? ਮੈਂ ਗੁਰਦੀਪ ਸਿੰਘ ਬੋਲਦਾ ਜੀ। ਹਾਂਜੀ ਗੁਰਦੀਪ ਸਿੰਘ ਜੀ, ਦੱਸੋ ਕੀ ਕਹਿੰਦੇ ਹੋ? ਮੈਂ ਕੀ ਕਹਿਣਾ ਜੀ, ਤੁਸੀਂ ਕਹਿੰਦੇ ਆ ਨਾ ਵੀ ਚੰਦ ਕੋਲ ਲਿਜਾਣ ਨੂੰ, ਹਾਂਜੀ, ਵੀ ਕੋਈ
ਕੋਈ ਕੋਈ ਸੀਟ ਹੈਗੀ ਖਾਲੀ? ਤੂੰ ਜਾਣਾ ਤੁਸੀਂ? ਹਲਾ ਤੇ ਹੋਰ ਕਿਉਂ ਜਾਣਾ? ਕਿਉਂ ਜਾਣਾ? ਹੁਣ ਇੱਥੇ ਤਾਂ ਕਈਆਂ ਮੁਲਕਾਂ ਦੇ ਵਿੱਚ ਘੁੰਮ ਲਿਆ ਹਾਂਜੀ, ਅੱਛਾ ਜੀ, ਤੇ ਹੁਣ ਉੱਥੇ ਚੱਲ ਕੇ ਵੀ ਕੋਈ ਚੱਲਦੇ ਆ, ਚੱਲ ਕੇ ਕੋਈ ਨਾ ਕੋਈ ਕੰਮ ਕੁੰਮ ਖੋਲੀਏ, ਜਿਹੜੇ ਕੋਈ ਹੋਰ ਵੀ ਕੋਈ ਜਾ ਕੇ ਮਗਰੋਂ ਆਪਣੇ ਆਰਾਮ ਨਾਲ ਬੈਠੂਗਾ। ਹਾਂਜੀ ਸਹੀ ਹੈ। ਤੇ ਕਿੰਨੇ ਮੁਲਕ ਘੁੰਮ ਲਏ ਇੱਥੇ? ਮੈਂ ਸਾਰਾ ਯੂਰਪ। ਅੱਛਾ ਜੀ। ਇੰਡੋਨੇਸ਼ੀਆ ਵੀ, ਥਾਈਲੈਂਡ ਵੀ, ਹਾਂਜੀ ਹਾਂਜੀ, ਤੇ ਹੁਣ ਅਮਰੀਕਾ ਆ। ਠੀਕ ਹੈ ਠੀਕ ਹੈ। ਸੋ ਬਹੁਤ ਵਧੀਆ, ਸਾਰਾ ਘੁੰਮ ਲਿਆ, ਹੁਣ ਚੰਦਰਮਾ ਰਹਿ ਗਿਆ। ਤੇ ਬਾਕੀ ਸਾਰੇ ਜਿਹੜੇ ਥੱਲੇ ਪਿੱਛੇ ਰਹਿ ਜਾਣੇ ਆ ਧਰਤੀ ਤੇ, ਉਹ ਮਿਸ ਕਰਨਗੇ ਤੁਹਾਨੂੰ? ਨਾ, ਮੈਨੂੰ ਜੋ ਹੁਣ ਮਿਸ ਕਰਨੇ, ਉਹਨਾਂ ਨੂੰ ਲੋੜ ਵੀ ਕੀ ਆ? ਹੁਣ ਮੈਂ ਸਾਰਾ ਕੁਝ ਉਹ ਵੀ ਸੈੱਟ ਆ, ਮੈਂ ਵੀ ਠੀਕ ਠਾਕ ਆ। ਠੀਕ ਹੈ ਠੀਕ ਹੈ ਠੀਕ ਹੈ ਜੀ, ਠੀਕ ਹੈ, ਬਹੁਤ ਵਧੀਆ, ਥੈਂਕ ਯੂ ਸੋ ਮਚ। ਇਸੇ ਤਰ੍ਹਾਂ ਹੋਰ ਕਾਲਾਂ ਕਰਦੇ ਰਿਹਾ ਕਰੋ, ਚੰਗਾ ਲੱਗਦਾ ਤੁਹਾਡੀ ਆਵਾਜ਼ ਸੁਣ ਕੇ। ਅੱਛਾ ਜੀ, ਚੰਗਾ ਜੀ, ਤੁਹਾਡੀ ਬੜੀ ਮਿਹਰਬਾਨੀ। ਕੋਈ ਸੀਟ ਚੁੜ ਗਿਆ ਦੇਖੋ ਜਲਦੀ। ਠੀਕ ਹੈ ਜੀ ਠੀਕ ਹੈ, ਸਤਿ ਸ਼੍ਰੀ ਅਕਾਲ। ਇਹਨਾਂ ਨੂੰ ਪੁੱਛਦੇ ਹਾਂ ਕੀ ਕਹਿ ਰਹੇ ਨੇ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ ਜੀ? ਮੈਂ ਕੈਨੇਡਾ ਤੋਂ ਬੋਲ ਰਹੀ ਹਾਂ। ਮੈਂ ਜਿੱਦਾਂ ਹਰ ਕੋਈ ਸੁਪਨੇ ਦੇ ਵਿੱਚ ਕੋਈ ਕਿਸੇ ਤਰ੍ਹਾਂ ਮਤਲਬ ਚੰਦ ਦੀ ਗੱਲ ਕਰ ਰਿਹਾ ਜੀ, ਮੈਂ ਉਹਦੇ ਬਾਰੇ ਚਾਰ ਕਲਨ ਬੋਲਣਾ ਚਾਹੁੰਦਾ। ਦੱਸੋ ਦੱਸੋ, ਬਹੁਤ ਵਧੀਆ, ਕੈਨੇਡਾ ਤੋਂ ਫੋਨ ਕਰ ਰਹੇ ਹੋ ਤੁਸੀਂ, ਸਵਾਗਤ ਹੈ ਤੁਹਾਡਾ ਬਹੁਤ ਬਹੁਤ। ਦੱਸੋ ਕੀ ਕਹਿੰਦੇ ਹੋ ਜੀ? ਬਣਦਾ ਸਾਡੇ ਪੰਖ ਵੇ ਸੱਜਣਾ, ਜੀਵਨ ਦਾ ਸਾਡੇ ਪੰਖ ਵੇ ਸੱਜਣਾ, ਅੰਬਰੀ ਪੀਂਗਾਂ ਪਾ ਲੈਂਦੇ, ਪਲ ਦੋ ਪਲ ਪੁੱਲ ਦੁਨੀਆ ਤੇ ਚਮੇਲੇ, ਆਪਣਾ ਦਿਲ ਪਰ ਜਾ ਲੈਂਦੇ, ਜੀਵਨ ਦਾ ਸਾਡੇ ਪੰਖ ਤੋਂ ਸੱਜਣਾ। ਬਹੁਤ ਵਧੀਆ। ਚੋਗ ਚੁਗਾਵੇ ਸਾਨੂੰ, ਪਿੰਜਰੇ ਦੇ ਵਿੱਚ ਪਾਵੇ ਸਾਨੂੰ, ਬਣ ਬੈਠਾ ਸਾਡਾ ਸ਼ਾਬੇ, ਹੁਣ ਤੈਨੂੰ ਕੀ ਆਖਾਂ, ਜਾ ਬਹਿ ਕੇ ਢੋਲ ਬਜਾਵੇ, ਹੁਣ ਤੈਨੂੰ ਕੀ ਆਖਾਂ। ਬਹੁਤ ਇਹ ਜਾਨੀ ਮਤਲਬ ਕਵਿਤਾ ਇੱਕ ਜਾਨੀ ਕਾਫੀ ਦੇਰ ਪਹਿਲਾਂ ਦੀ ਲਿਖੀ, ਹੁਣ ਸਾਡਾ ਟੋਪਿਕ ਚੱਲ ਰਿਹਾ ਕਰਕੇ ਤੇ ਮੈਂ ਮਤਲਬ ਬਹੁਤ ਵਧੀਆ ਬਹੁਤ ਓਈ ਕਿ ਇਕੱਠੇ ਹੋ ਕੇ ਦੇਖਿਆ ਜਾਏ, ਅਸੀਂ ਜੋ ਵੀ ਇਹ ਇਮੇਜਿਨ ਕੀਤਾ ਉਹ ਕੀਤਾ, ਜਿਹੜਾ ਇਹ ਘੰਟਾ ਗੁਜ਼ਰਿਆ ਹੈ ਦਿਲ ਪਰਚਾਣ ਦਾ ਹੀ ਸੀ। ਸੋ ਇਕੱਠੇ ਹੋ ਕੇ ਭਾਵੇਂ ਅਸੀਂ ਯੂ ਨੋ ਥੋਟਸ ਦੇ ਵਿੱਚ ਹੀ ਉਹ ਯੂ ਨੋ ਘੁੰਮਾਂ ਆ, ਜਿਸ ਤਰ੍ਹਾਂ ਤੁਸੀਂ ਕਿਹਾ ਹੈ ਇਹ। ਨਹੀਂ ਮੈਂ ਉਹੀ ਦੱਸਦੀ ਵੀ ਤੇ ਮਤਲਬ ਅਸੀਂ ਚੰਦ ਨੂੰ ਜਿੱਦਾਂ ਪਹਿਲਾਂ ਤੋਂ ਵੀ ਚੰਦ ਮਾਮਾ ਕਦੇ ਕੁਛ ਕਦੇ ਕੁਛ ਕਰਕੇ ਮੰਨਦੇ ਆਏ ਆ ਜੀ, ਤੇ ਹੁਣ ਨੇੜਿਓਂ ਜਾ ਕੇ ਜਾਣਨ ਦਾ ਲੋਕਾਂ ਨੂੰ ਮੌਕਾ ਆਇਆ ਤੇ ਇੰਡੀਆ ਨੇ ਕੀਤਾ ਤੇ ਬੜੀ ਖੁਸ਼ੀ ਦੀ ਗੱਲ ਆ ਜੀ ਜੀ। ਬਹੁਤ ਵਧੀਆ, ਥੈਂਕ ਯੂ ਸੋ ਮਚ ਜੀ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਔਰ ਸੁਣ ਕੇ ਤੁਹਾਡੀ ਪੁਰਾਣੀ ਲਿਖੀ ਹੋਈ ਪਰ ਮੌਕੇ ਤੇ ਸੁਣਾਈ ਕਵਿਤਾ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ? ਮੈਂ ਲੱਜਿਆ ਮੰਤਰੀ ਬੋਲਦੀ ਆ, ਮੇਰੇ ਵੀ ਟਿਕਟ ਰੱਖ ਲਿਓ ਮਿਲ ਜੋ। ਅੱਛਾ ਠੀਕ ਠੀਕ ਹੈ, ਮੈਨੂੰ ਤਾਂ ਲੱਗਦਾ ਬੜੀਆਂ ਸਾਰੀਆਂ ਨੇ ਟਿਕਟਾਂ ਵੰਡ ਦਿਓ। ਠੀਕ ਹੈ, ਆਪਾਂ ਆਪ ਤਿਆਰ ਆ ਜਾਣ ਨੂੰ। ਆਪਾਂ ਤਿਆਰ ਆ ਤੇ ਪਿੱਛੇ ਫਿਰ ਸਾਰੇ ਜਿਹੜੇ ਮਿਸ ਕਰਨਗੇ ਉਹਦਾ ਕੀ ਕਰਾਂਗੇ? ਉਹਨਾਂ ਨੂੰ ਬਸ ਹੁਣ ਉਹਨਾਂ ਦਾ ਸਭ ਕੁਝ ਕਰ ਦਿੱਤਾ, ਹੁਣ ਆਪਾਂ ਫ੍ਰੀ ਆ। ਫ੍ਰੀ ਹੋ? ਹੋਰ ਠੀਕ ਹੈ ਠੀਕ ਹੈ, ਸਾਰੇ ਕੰਮ ਮੁੱਕ ਗਏ, ਵਧੀਆ। ਮਤਲਬ ਮੈਨੂੰ ਬੜਾ ਚੰਗਾ ਲੱਗ ਰਿਹਾ, ਬੜੇ ਸਾਰੇ ਬੰਦੇ ਆਪਣੇ ਮਨ ਦੇ ਵਿੱਚੋਂ ਇੱਕ, ਕਿਉਂਕਿ ਫਰੀਡਮ ਜਿਹੜੀ ਹੈ ਨਾ ਸਾਡੇ ਦਿਮਾਗ 'ਚ, ਹਾਂਜੀ, ਤੇ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਹਾਂ ਕਿ ਬਸ ਫ੍ਰੀ ਹਾਂ, ਕਿਤੇ ਵੀ ਜਾ ਸਕਦੇ ਹਾਂ। ਤੋ ਕਿਤੇ ਵੀ ਜਾ ਸਕਦੇ ਆਪਾਂ, ਫ੍ਰੀ ਹਾਂ, ਸਗੋਂ ਉੱਥੇ ਚਲੇ ਜਾਈਏ ਤੇ ਠੰਡੀ ਠੰਡੀ ਹਵਾ ਮਿਲੂਗੀ, ਵਧੀਆ ਫਸਟ ਕਲਾਸ। ਸਹੀ ਹੈ, ਇੱਥੇ ਜ਼ਿਆਦਾ ਬਿਲਡਿੰਗਾਂ ਜ਼ਿਆਦਾ ਹੋ ਗਈਆਂ ਇੱਥੇ, ਸਹੀ ਹੈ। ਹੋਰ ਕੀ ਆ, ਠੀਕ ਹੈ, ਚੱਲ ਮਾਮਾ ਕੋ ਜਾਵਾਂਗੇ, ਆਪੇ ਕੁਛ ਨਾ ਕੁਛ ਤਾਂ ਸਾਡੇ ਲਈ ਰੱਖਿਆ ਹੀ ਹੋਊਗਾ, ਖਾਣ ਪੀਣ ਨੂੰ ਕੁਛ ਤਾਂ ਖਵਾਏਗਾ ਆਏ ਨੂੰ। ਹਾਂ, ਕੋਈ ਤਾਂ ਖਵਾਊਗਾ ਹੀ ਸਾਨੂੰ। ਠੀਕ ਹੈ ਜੀ ਠੀਕ ਹੈ, ਬਹੁਤ ਵਧੀਆ, ਸਾਰਿਆਂ ਨਾਲ ਸਾਰਿਆਂ ਨੂੰ ਟਿਕਟਾਂ ਵੰਡ ਦੇ, ਮੇਰਾ ਇਸ ਤਰ੍ਹਾਂ ਰੱਖ ਲਿਆ, ਮੈਂ ਲਿਖ ਲਿਆ ਜੀ। ਬਿਲਕੁਲ ਬਿਲਕੁਲ, ਬਹੁਤ ਵਧੀਆ ਲੱਗਿਆ ਗੱਲ ਤੁਹਾਡੀ, ਗੱਲ ਤੁਹਾਡੇ ਨਾਲ ਗੱਲ ਕਰਕੇ। ਲੈਟ ਮੀ ਟੇਕ ਅ ਸ਼ਾਰਟ ਬ੍ਰੇਕ, ਡੂ ਨਾਟ ਗੋ ਐਨੀਵੇਅਰ।
ਹੋਰ ਕਾਲਸ ਲੈਣ ਤੋਂ ਪਹਿਲੇ ਮੈਂ ਜ਼ਰੂਰ ਬਹੁਤ ਬਹੁਤ ਮੈਂ ਹੱਥ ਜੋੜ ਕੇ ਥੈਂਕ ਯੂ ਸੋ ਮੱਚ ਕਿ ਤੁਸੀਂ ਇਸ ਤਰ੍ਹਾਂ ਦੇ ਸ਼ੋਅ ਦਾ ਵਿੱਚ ਸਾਥ ਦਿੰਦੇ ਹੋ, ਕਿਉਂਕਿ ਬਹੁਤ ਜ਼ਰੂਰੀ ਹੈ। ਅਸੀਂ ਇੰਨੇ ਜ਼ਿਆਦਾ ਸੀਰੀਅਸ ਹੋ ਜਾਂਦੇ, ਇੱਕ ਤਾਂ ਵੀ ਟੇਕ ਆਰ ਲਾਈਵਸ ਵੈਰੀ ਸੀਰੀਅਸਲੀ। ਦ ਗੋਲ ਇਜ਼ ਕਿ ਥੋੜ੍ਹਾ ਕ੍ਰੀਏਟਿਵ ਹੋਣਾ, ਥੋੜ੍ਹਾ ਇਮੈਜਿਨ ਕਰਨਾ, ਇੱਕ ਤਾਂ ਲਾਈਟਨ ਹੋ ਜਾਂਦਾ ਹੈ ਥੋੜ੍ਹਾ, ਐਂਡ ਦੂਸਰਾ ਸਾਡੇ ਦਿਮਾਗ ਸਾਡੀ ਹੈਲਥ ਵਾਸਤੇ ਵੀ ਗੁੱਡ ਹੈ। ਕਹਿੰਦੇ ਨੇ ਕਿ ਜੋ ਇਮੈਜਿਨ ਕਰ ਸਕਦਾ, ਜੋ ਕ੍ਰੀਏਟਿਵ ਹੋ ਸਕਦਾ ਹੈ, ਉਹ ਯੂ ਨੋ ਫਲੋ ਵਿੱਚ ਜ਼ਿਆਦਾ ਈਜ਼ੀਲੀ ਪੈ ਜਾਏਗਾ। ਫਿਰ ਉਹ ਹਾਰਡ ਐਂਡ ਫਾਸਟ ਦਿਮਾਗ 'ਚ ਨਹੀਂ ਪਿਆ ਹੋਇਆ ਕਿ ਮੈਂ ਇਹ ਹੀ ਕਰ ਸਕਦਾ, ਇਹ ਨਹੀਂ ਕਰ ਸਕਦਾ। ਸੋ ਉਹਦੇ ਵਾਸਤੇ ਜ਼ਿੰਦਗੀ ਵੀ ਆਸਾਨ ਹੋ ਜਾਂਦੀ ਹੈ। ਜਿਸ ਤਰ੍ਹਾਂ ਬੱਚੇ ਇਮੈਜਿਨ ਜ਼ਿਆਦਾ ਕਰਦੇ ਆ, ਦੇਖਦੇ ਹੋ ਤੁਸੀਂ ਕਿ ਕਿੰਨਾ ਉਹਨਾਂ ਦਾ ਲਾਈਟ ਹਾਰਟਡਨੈਸ ਹੁੰਦਾ ਹੈ, ਔਰ ਕਿਵੇਂ ਫਟਾਫਟ ਗੁੱਸੇ ਹੁੰਦੇ ਆ, ਫਟਾਫਟ ਉਹ ਸਹੀ ਹੋ ਜਾਂਦੇ ਆ। ਇਹ ਹੀ ਕੁਆਲਿਟੀ ਹੈ ਜਿਹੜੀ ਕਿ ਇਸ ਵੇਲੇ ਅਸੀਂ ਵੀ ਇਨਕਲਕੇਟ ਕਰੀਏ। ਕਈ ਵਾਰੀ ਹੈ ਸਾਡੇ ਸਾਰਿਆਂ 'ਚ, ਪਰ ਕਿਤੇ ਅਸੀਂ ਉਸ ਚੀਜ਼ ਨੂੰ ਇਸਤੇਮਾਲ ਘੱਟ ਕਰਦੇ ਹਾਂ। ਸੋ ਬਹੁਤ ਅੱਛਾ ਹੈ ਕਿ ਇਹ ਜਿਹੜੇ ਮੌਕੇ ਮਿਲਦੇ ਹੈ ਤੁਸੀਂ ਪੂਰੀ ਤਰ੍ਹਾਂ ਯੂਟੀਲਾਈਜ਼ ਕਰਦੇ ਹੋ, ਐਂਡ ਮੈਨੂੰ ਫੀਡਬੈਕ ਮਿਲ ਰਿਹਾ ਕਿ ਮੈਂ ਇਸ ਤਰ੍ਹਾਂ ਦੀ ਹੋਰ ਚੀਜ਼ਾਂ ਲੈ ਕੇ ਆਵਾਂ, ਤਾਂ ਕਿ ਅਸੀਂ ਮਿਲ ਕੇ ਇਮੈਜਿਨ ਕਰ ਸਕੀਏ ਔਰ ਥੋੜ੍ਹਾ ਹੱਸ ਸਕੀਏ। ਲੈਟ ਮੀ ਟੇਕ ਮੋਰ ਕਾਲਸ, ਲੈਟਸ ਸੀ ਕੀ ਕਹਿ ਰਹੇ ਨੇ। ਹੈਲੋ ਹੈਲੋ, ਹਾਂਜੀ ਕੌਣ ਬੋਲ ਰਹੇ ਹੋ ਜੀ? ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਧਿਆਨ ਸਿੰਘ ਬੋਲਦਾ ਜੀ। ਹਾਂਜੀ ਦੱਸੋ ਕੀ ਕਹੋਗੇ, ਸਵਾਗਤ ਹੈ। ਹਾਂਜੀ ਦੱਸਣਾ ਤੇ ਇਹੋ ਜੀ, ਚਲੋ ਜੇ ਤੁਸੀਂ ਪ੍ਰੋਗਰਾਮ ਬਣਾਇਆ ਜਾਣ ਵਾਸਤੇ ਉੱਪਰ, ਤੇ ਮੈਂ ਕਿਹਾ ਫੇਰ ਇਹਨਾਂ ਨੇ ਖਿੱਚ ਕੇ ਜੁਲ ਜਾਣੇ, ਬਾਅਦ ਚ ਸਿਰ ਦਾ ਰਸਤਾ ਪਹਿਲਾਂ ਤਾਂ ਹੀ ਕਰ ਲੈਂਦੇ ਆ। ਅੱਛਾ ਸਹੀ ਹੈ, ਬਿਲਕੁਲ। ਹਾਂਜੀ ਸੋ ਤੁਸੀਂ ਜਾਣਾ ਚਾਹੋਗੇ ਔਰ ਨਾਲ ਤਿਆਰ ਹੋ? ਹਾਂਜੀ ਹਾਂਜੀ, ਉਹੀ ਨਾ ਵੀ ਬੜੀਆਂ ਸਾਰੀਆਂ ਹੁਣ ਕਾਲਸ ਆ ਰਹੀਆਂ। ਸੋ ਹੈਲੋ, ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਹਰਮਿੰਦਰ ਜੀ ਕੀ ਕਹਿੰਦੇ ਹੋ? ਦੇਖੋ ਟੂ ਬੀ ਵੈਰੀ ਆਨੈਸਟ, ਫਾਰ ਏ ਚੇਂਜ ਆਈ ਵੁੱਡ ਲਵ ਟੂ ਗੋ। ਓਕੇ ਜ਼ਰੂਰ ਜਾਵਾਂਗੀ, ਪਰ ਨਾਟ ਰਹਿਣ ਵਾਸਤੇ। ਅੱਛਾ ਵਿਜ਼ਿਟ ਕਰਨ, ਉਹਦਾ ਰੀਜ਼ਨ ਬੀਇੰਗ ਇਹ ਕਿ ਉੱਥੇ ਕੰਟਰੋਲ ਕੰਡੀਸ਼ਨ 'ਚ ਰਹਿਣਾ ਪਏਗਾ। ਹਾਂ ਹਾਂ, ਇੱਕ ਦੂਸਰੀ ਗੱਲ ਗ੍ਰੈਵਿਟੀ, ਇੱਕ ਕਦਮ ਰੱਖਾਂਗੇ ਤੇ 20 ਫੁੱਟ ਉੱਚੇ ਜਾਵਾਂਗੇ। ਅੱਛਾ, ਤੀਸਰੀ ਗੱਲ ਸੋਸ਼ਲਾਈਜ਼ੇਸ਼ਨ, ਕੋਈ ਮੈਂ ਕਿੰਨਾ ਬੰਦਾ ਸੀ, ਹੱਸ ਤਾਂ ਰਹੇ ਹਾਂ ਕਿ ਸਾਰੇ ਇਕੱਠੇ ਹੋ ਜਾਣਗੇ, ਪਰ ਤੁਹਾਨੂੰ ਲੱਗਦਾ ਬੰਦੇ ਘੱਟ ਹੋਣਗੇ ਉੱਥੇ। ਚਲੋ ਠੀਕ ਹੈ, ਜੇ ਸੁਦਰਸ਼ਨ ਭੈਣ ਜੀ ਯੋਗਾ ਕਰਨਗੇ ਤੇ ਕੋਈ ਹੋਰ ਕਹਿ ਰਹੇ ਸੀ ਡਾਂਸ ਕਰਨਗੇ ਤੇ ਮੈਂ ਕੀਰਤਨ ਕਰ ਲਾਂਗੀ, ਦੈਟਸ ਓਕੇ ਟੂ ਮੀ। ਸੋ ਠੀਕ ਹੈ, ਬਟ ਰਹਿਣਾ ਕੰਟਰੋਲ ਕੰਡੀਸ਼ਨ ਚ ਪਏਗਾ। ਇਮੋਸ਼ਨਲੀ ਇਫੈਕਟ ਪੈ ਸਕਦਾ, ਸਾਈਕੋਲੋਜੀਕਲ ਇਫੈਕਟ ਪੈ ਸਕਦਾ। ਇਟਸ ਬੈਟਰ ਟੂ ਗੋ ਫਾਰ ਏ ਚੇਂਜ, ਜਾਓ ਦੇਖ ਕੇ ਆ ਜਾਓ। ਵੈਸੇ ਉੱਥੇ ਦੇਖਣ ਵਾਲੀ ਵੀ ਚੀਜ਼ ਕੋਈ ਨੀ ਹੈਗਾ, ਇਟਸ ਏ ਡੈਜ਼ਰਟ। ਤੁਸੀਂ ਮਤਲਬ ਆਪਣੇ ਗੱਲ ਦੱਸੋ ਵੀ ਤੁਸੀਂ ਜਾ ਰਹੇ ਹੋ ਕਿ ਨਹੀਂ ਜਾ ਰਹੇ? ਮੈਂ ਜਾਵਾਂਗੀ ਪਰ ਵਿਜ਼ਿਟ ਕਰਨ। ਓਕੇ ਗਾਟ ਇਟ, ਪਰ ਵਿਜ਼ਿਟ ਨਾਟ ਫॉर द ਸਟੇ। ਨਾਟ, ਠੀਕ ਹੈ, ਬਹੁਤ ਵਧੀਆ ਹਰਮਿੰਦਰ ਜੀ। ਲੈਟਸ ਸੀ ਹੋਰ ਸਾਰੇ ਕੀ ਕਹਿ ਰਹੇ ਨੇ। ਥੈਂਕ ਯੂ ਸੋ ਮੱਚ ਫॉर ਕਾਲਿੰਗ, ਲੈਟਸ ਸੀ ਇਹ ਕੀ ਕਹਿ ਰਹੇ ਨੇ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਅਰਵਿੰਦ ਜੀ। ਹਾਂਜੀ ਸੁਰਿੰਦਰ ਜੀ, ਚੱਲੇ ਹੋ ਨਾਲ ਕਿ ਨਹੀਂ? ਕੀ ਹੈ? ਨਹੀਂ ਮੈਂ ਪਤਾ ਕੀ ਹੈ, ਮੇਰਾ ਸ਼ੁਰੂ ਤੋਂ ਹੀ ਆਏ ਆ, ਮੈਂ ਜਿੱਥੇ ਹੁੰਨੀ ਆ ਨਾ ਮੈਨੂੰ ਉੱਥੋਂ ਦਾ ਹੀ, ਮੈਂ ਹਮੇਸ਼ਾ ਆਪਣੀ ਲਾਈਫ ਜਿਉ ਮੇਰੀ ਸੁਰਤ ਸੰਭਲੀ ਆ। ਹਾਂਜੀ, ਤੇ ਮੈਂ ਉੱਥੇ ਸੈਟੀਸਫਾਈਡ ਹੁੰਨੀ ਆ ਹਰ ਜਗ੍ਹਾ ਤੇ। ਤੇ ਤੁਸੀਂ ਘੁੰਮਣ ਨਹੀਂ ਜਾਂਦੇ? ਹੁਣ ਮਤਲਬ ਵਿਆਹ ਹੋ ਗਿਆ ਜਾਂ ਕਿਵੇਂ ਵੀ ਆ, ਮੈਨੂੰ ਐ ਲੱਗਦਾ ਜਿਹੜੀ ਪਿਛਲੀ ਪਿੱਛੇ ਰਹੇਗੀ, ਜਿੱਥੇ ਹੁਣ ਹੈਗੇ ਆ ਨਾ ਇੱਥੇ ਆਪਣਾ ਪੂਰਾ ਆਨੰਦ ਦੇ ਨਾਲ, ਪੂਰੀ ਆਪਣੀ ਹਿੰਮਤ ਦੇ ਨਾਲ, ਮਤਲਬ ਜੋ ਕੁਛ ਕਰ ਸਕਦੇ ਆ ਉਹ ਕਰ ਰਹੇ ਆ। ਪਰ ਮੌਕਾ ਮਿਲ ਰਿਹਾ ਅਗਰ ਤੇ ਫਿਰ? ਨਹੀਂ ਮੌਕਾ ਨਹੀਂ, ਮੈਂ ਇਹ ਸੋਚਦੀ ਹੁੰਨੀ ਆ ਕਿ ਸਿਰਫ ਮਤਲਬ ਜਿਵੇਂ ਕੋਈ ਜ਼ਿੰਮੇਵਾਰੀ ਹੁੰਦੀ ਆ ਉਦੋਂ ਬਾਅਦ ਮੈਂ ਇੰਡੀਆ ਜਾ ਕੇ ਰਵਾਂ, ਇਹ ਮੇਰੇ ਦਿਮਾਗ 'ਚ ਆਉਂਦਾ ਹੁੰਦਾ। ਅੱਛਾ, ਸੋ ਇੰਡੀਆ ਜਾਣਾ ਜੀ? ਨਹੀਂ ਹੋ ਸਕਦੀ, ਉਹਦੇ ਬਾਰੇ ਮੈਂ ਸੋਚਦੀ ਨਹੀਂ, ਮੇਰੇ ਦਿਮਾਗ ਵਿੱਚ ਵੀ ਨਹੀਂ ਆਉਂਦਾ ਉਹ। ਠੀਕ ਹੈ ਠੀਕ ਹੈ ਠੀਕ ਹੈ, ਤੇ ਜਿਹੜਾ ਹੈਗਾ ਉੱਥੋਂ ਆਪਾਂ ਨੂੰ ਪਤਾ ਆਪਾਂ ਉੱਥੋਂ ਆਏ ਆ, ਹੈ ਜੀ। ਹਾਂਜੀ, ਤੇ ਉੱਥੇ ਮੈਨੂੰ ਜ਼ਰੂਰ ਲੱਗਦਾ ਕਿ ਜਦੋਂ ਮਤਲਬ ਥੋੜਾ ਜਿਹਾ, ਫਿਰ ਮੈਂ 4-5 ਮਹੀਨੇ ਉੱਥੇ ਰਿਹਾ ਕਰਾਂ ਤੇ 4-5 ਮਹੀਨੇ ਇੱਥੇ ਰਿਹਾ ਕਰਾਂ। ਬਹੁਤ ਵਧੀਆ ਸੁਰਿੰਦਰ ਜੀ, ਵਧੀਆ। ਇੰਡੀਆ ਮੇਰੇ ਖਿਆਲ ਅਸੀਂ ਸਾਰੇ ਹੀ ਜਾਣਾ ਚਾਹੁੰਦੇ ਹਾਂ ਔਰ ਰਹਿਣਾ ਵੀ ਚਾਹੁੰਦੇ ਹਾਂ। ਮੂਨ ਜੀ ਸੁਰਿੰਦਰ ਜੀ ਨਹੀਂ ਜਾਣਾ ਚਾਹੁੰਦੇ। ਹੈਲੋ, ਹਾਂਜੀ ਰਵਿੰਦਰ ਜੀ ਕੱਟਿਆ ਗਿਆ ਇਹ? ਹਾਂਜੀ ਬਲਸਮ,
ਜਾਣਾ ਚਾਹੀਦਾ ਜੀ ਸੁਪਨੇ ਦੀ ਜਹਾਜ਼ ਤੇ, ਓਦਾਂ ਦੇ ਵੀਲ ਚੇਅਰ ਤੋਂ ਬਗੈਰ ਮੇਰਾ ਹੈ ਸਾਡੇ ਪਰਿਵਾਰ ਹੈ ਜਿੰਨਾ ਬੋਲਿਆ ਕੋਈ ਵੀ ਜਹਾਜ਼ ਦਾ ਸਫ਼ਰ ਨਹੀਂ ਕਰਦਾ। ਤੁਸੀਂ ਫੇਰ ਦੇਖੋ ਇਮੇਜਿਨੇਸ਼ਨ ਤੇ ਨਾ, ਉਹ ਕਹਿੰਦੇ ਨਾ ਨਹੀਂ ਇਮੇਜਿਨੇਸ਼ਨ ਨਹੀਂ ਹੈ, ਮੇਰਾ ਕਹਿਣ ਦਾ ਭਾਵ ਹੈ ਸੁਪਨੇ ਵੀ ਉਮਰ ਦੇ ਹਿਸਾਬ ਨਾਲ ਲੈ ਜਾਂਦੇ ਆ ਜੀ। ਹੁਣ ਨਹੀਂ ਨਹੀਂ ਨਹੀਂ, ਤੁਸੀਂ ਰਿਅਲਿਸਟਿਕ ਹੋ ਰਹੇ ਹੋ, ਬਹੁਤ ਵਧੀਆ ਬਲ ਸਾਹਿਬ। ਮੈਂ ਇੱਕ ਹੋਰ ਕਾਲ ਲੈਣੀ ਆ, ਥੈਂਕ ਯੂ। ਮੇਰਾ ਵਿਚਾਰ ਸੁਣਿਓ ਜੀ, ਵੇਖੋ ਪਤਾ ਕੀ ਹੈ ਜੀ, ਇਹ ਤੁਸੀਂ ਪ੍ਰੋਗਰਾਮ ਤੇ ਬਹੁਤ ਵਧੀਆ ਲਿਆਂਦਾ ਜੀ। ਹਾਂਜੀ, ਤੇ ਤੁਸੀਂ ਸੁਪਨੇ ਵਧੀਆ ਦਿਖਾ ਰਹੇ, ਪਰ ਜਿਹੜੇ ਸੁਪਨਿਆਂ ਨੂੰ ਅਸੀਂ ਮਾਣ ਹੀ ਨਹੀਂ ਸਕਦੇ ਉਹ ਸੁਪਨੇ ਵੀ ਕਾਹਦੇ ਹੁੰਦੇ। ਧੰਨਵਾਦ ਜੀ, ਥੈਂਕ ਯੂ ਬਲ ਸਾਹਿਬ। ਕਾਲ ਇੱਕ ਹੋਰ ਆ ਰਹੀ ਸੀ ਤੇ ਉਹਨਾਂ ਨੇ ਸ਼ਾਇਦ ਟਾਈਮ ਦੇਖ ਕੇ ਆਪਣਾ ਵਿਦਡਰਾਅ ਕਰ ਲਿਆ, ਬਟ ਸਹੀ ਹੈ ਕਿ ਸਭ ਦੀ ਇਮੈਜਿਨੇਸ਼ਨ। ਸੋ ਉਹੀ ਕਹਿਣ ਦਾ, ਸਭ ਤੋਂ ਪਹਿਲੇ ਵੀ ਉਹੀ ਕਹਿ ਰਹੀ ਸੀ, ਹੁਣ ਵੀ ਇਹੀ ਕਹਾਂਗੀ, ਕੋਈ ਰੋਂਗ ਐਂਡ ਰਾਈਟ ਆਨਸਰ ਨਹੀਂ ਹੈ। ਵਿਜ਼ਿਟ ਕਰਨ ਜਾਣਾ, ਨਹੀਂ ਜਾਣਾ, ਇਹੀ ਜਗ੍ਹਾ ਪਸੰਦ ਹੈ, ਹੋਰ ਕਿਤੇ ਜਾਣ ਦੀ ਲੋੜ ਹੀ ਨਹੀਂ। ਬਲ ਸਾਹਿਬ ਵਾਕਣ ਉਹ ਕਹਿੰਦੇ ਨੇ ਮੈਂ ਹੋਣਾ ਹੀ ਨਹੀਂ, ਉਹ ਰਿਅਲਿਸਟਿਕ ਨੇ, ਯੂ ਨੋ ਕਿ ਉਹਨਾਂ ਦਾ ਕਿੱਥੋਂ ਆ ਰਿਹਾ ਕਿ ਹੋ ਹੀ ਨਹੀਂ ਸਕਦਾ, ਤਾਂ ਮੈਂ ਕਿਉਂ ਸੋਚਾਂ। ਵੀਲਚੇਅਰ ਦੀ ਲੋੜ ਪੈਗੀ, ਉਮਰ ਵਾਸਤੇ ਚੱਲਾਂਗੇ ਕਿੱਥੋਂ, ਉੱਥੇ ਫਲਾਣੇ ਜਿਹੜੇ ਬੋਲ ਰਹੇ ਦੂਜੇ ਕੀ ਕਰਨਗੇ, ਉਹ ਸਾਰੀ ਗੱਲ ਬਲ ਸਾਹਿਬ ਦੇ ਧਿਆਨ ਦੇ ਵਿੱਚ ਆ ਰਹੀ ਹੈ। ਪਰ ਇਮੈਜਿਨ ਕਰਨ ਵਾਸਤੇ ਕਿ ਹਾਂ ਜਾਣਾ ਹੈ ਨਹੀਂ ਜਾਣਾ, ਇਹ ਸਾਰੀ ਇੱਕ ਖੇਡ ਹੈ ਜੋ ਇਮੈਜਿਨ ਕਰ ਪਾ ਰਿਹਾ। ਜਿਵੇਂ ਸੁਰਿੰਦਰ ਜੀ ਕਹਿੰਦੇ ਮੈਂ ਤਾਂ ਹੋ ਵੀ ਆਈ ਉੱਥੇ, ਭਾਵੇਂ ਗੱਲਾਂ 'ਚ ਹੀ ਹੈ, ਗੱਲ ਸਿਰਫ ਇੰਨੀ ਹੈ ਕਿ ਹਰ ਚੀਜ਼ ਹੀ ਤੁਸੀਂ ਇਮੈਜਿਨ ਤਾਂ ਕਰ ਰਹੇ ਹੋ ਨਾ। ਈਵਨ ਬਲ ਸਾਹਿਬ ਕਹਿ ਰਹੇ ਨੇ, ਜਾਂ ਜਸਪ੍ਰੀਤ ਕਹਿ ਰਹੀ ਹੈ, ਜਾਂ ਸੁਰਿੰਦਰ ਜੀ ਕਹਿ ਰਹੇ ਮੈਂ ਇੱਥੇ ਹੀ ਰਵਾਂ, ਤਾਂ ਵੀ ਐਟਲੀਸਟ ਟਰਾਈ ਕੀਤੀ ਹੈ ਇਮੈਜਿਨ ਕਰਨ ਦੀ ਕਿ ਮੈਂ ਉੱਥੇ ਨਹੀਂ 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 ਮੈਨੂੰ ਕੀ ਕਰਨਾ ਉੱਥੇ ਜਾ ਕੇ। ਸੋ ਦਾ ਹੋਲ ਪੁਆਇੰਟ ਇਜ਼ ਟੂ ਐਕਸਪੈਂਡ ਯੋਰ ਥਿੰਕਿੰਗ, ਟੂ ਇਮੈਜਿਨ ਇੱਕ ਉਹ ਰੀਅਲ ਲਾਈਫ ਤੋਂ। ਜਿਵੇਂ ਬੱਚੇ ਡਰਾ ਕਰਦੇ ਸੀਗੇ ਨਾ ਕੁਛ ਵੀ ਨਵਾਂ, ਉਹਨਾਂ ਨੂੰ ਨਹੀਂ ਪਤਾ ਸੀ ਕਿ ਇਹ ਚੀਜ਼ ਹੈ, ਇੰਜੀ ਹੈ। ਸੋ ਲੈਟ ਇਟ ਬੀ, ਕੋਸ਼ਿਸ਼ ਜ਼ਰੂਰ ਕਰੀਏ। ਐਂਡ ਥੈਂਕ ਯੂ ਸੋ ਮੱਚ, ਇਟ ਵਾਜ਼ ਅ ਵੈਰੀ ਗੁੱਡ ਰਿਸਪੋਂਸ, ਸਾਰਿਆਂ ਨੇ ਕਾਲ ਕੀਤੀ। ਇਸੇ ਤਰ੍ਹਾਂ ਦੇ ਹੋਰ ਵੀ ਗੱਲਾਂ ਕਰਿਆ ਕਰਾਂਗੇ। ਅੱਜ ਵਾਸਤੇ ਇੰਨਾ ਹੀ, ਸਤਿ ਸ਼੍ਰੀ ਅਕਾਲ।